ਤੁਸੀਂ ਸੁਣ ਰਹੇ ਹੋ ਕਿਤਾਬ ਰੋਸ਼ਨ ਦਿਮਾਗ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਲੇਖਕ ਬਲਜੀਤ ਸਿੰਘ ਖਾਲਸਾ 15ਵੇਂ ਭਾਗ ਵਿੱਚ ਸੁਣੋ 1 ਜੂਨ 1984 ਇੱਕ ਹੋਰ ਗੁਪਤ ਮਿਸ਼ਨ ਅਤੇ ਪੱਲੂ ਘਾਰਾ ਜੂਨ 1984 ਦਾ ਵੇਰਵਾ ਆਵਾਜ਼ ਗੁਰਜੰਟ ਸਿੰਘ ਗਰੁੱਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਜੂਨ 1984 1 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦਾ ਘੇਰਾ ਕੱਤੀ ਬੈਠੀ ਸੀ ਆਰਪੀਐਫ ਨੇ ਕੰਪਲੈਕਸ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਇਹ ਇੱਕ ਕਿਸਮ ਨਾਲ ਅਗਲੇ 2 ਦਿਨ ਮਗਰੋਂ ਕੀਤੇ ਜਾਣ ਵਾਲੇ ਵੱਡੇ ਹਮਲੇ ਦੀ ਰਿਹਸਲ ਸੀ ਅਤੇ ਇਸ ਦਾ ਇੱਕ ਮਕਸਦ ਇਹ ਵੀ ਸੀ ਕਿ ਕੰਪਲੈਕਸ ਵਿੱਚ ਸਿੰਘਾਂ ਦੇ ਮੋਰਚਿਆਂ ਦੀ ਨਿਸ਼ਾਨਦੇਹੀ ਹੋ ਸਕੇ ਜਨਰਲ ਸੁਭੇਕ ਸਿੰਘ ਹੋਰੀ ਸੀ ਆਰਪੀਐਫ ਦੀ ਇਸ ਰਣਨੀਤੀ ਨੂੰ ਸਮਝਦੇ ਸਨ ਇਸ ਲਈ ਸਿਰਫ ਕੁਝ ਮੋਰਚਿਆਂ ਤੋਂ ਹੀ CRPF ਦੀ ਫਾਇਰਿੰਗ ਦਾ ਜਵਾਬ ਦਿੱਤਾ ਗਿਆ 7 ਘੰਟੇ ਲਗਾਤਾਰ ਗੋਲੀ ਚੱਲਦੀ ਰਹੀ ਇਸ ਵਿੱਚ ਭਾਈ ਮਹਿੰਗਾ ਸਿੰਘ ਬੱਬਰ ਦੀ ਸ਼ਹਾਦਤ ਹੋਈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ 1 ਜੂਨ ਨੂੰ CRP ਦੇ ਹਮਲੇ ਤੋਂ ਬਾਅਦ ਹੋਣ ਵਾਲੇ ਵੱਡੇ ਹਮਲੇ ਨੂੰ ਮਹਿਸੂਸ ਕਰਦਿਆਂ ਆਪਣੇ ਸਾਥੀਆਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਣ ਦਾ ਹੁਕਮ ਦਿੱਤਾ ਬੀਬੀਆਂ ਤੇ ਬੱਚਿਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰ ਸ਼੍ਰੋਮਣੀ ਕਮੇਟੀ ਦੇ ਹਰੈਸੀ ਕੁਆਟਰਾਂ ਵਿੱਚ ਚਲੇ ਜਾਣ ਦਾ ਹੁਕਮ ਹੋਇਆ ਜਿਹੜੇ ਕੁਆਟਰ ਸੰਤ ਭਿੰਡਰਾਂਵਾਲਿਆਂ ਦੇ ਸ਼ਰਧਾਲੂ ਮੁਲਾਜ਼ਮਾਂ ਦੇ ਸਨ ਇਸ ਸਮੇਂ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਪਤਨੀ ਬੀਬੀ ਪਰਮਜੀਤ ਕੌਰ ਅਤੇ ਸਿੱਖ ਸਟੂਡੈਂਟ ਫਰਡੇਸ਼ਨ ਦੀ ਗਰਲਜ਼ ਵਿੰਗ ਦੀ ਪ੍ਰਧਾਨ ਬੀਬੀ ਉਪਕਾਰ ਕੌਰ ਨੂੰ ਵੀ ਕੰਪਲੈਕਸ ਵਿੱਚੋਂ ਬਾਹਰ ਜਾਣ ਲਈ ਕਿਹਾ ਗਿਆ ਪਰ ਇਹ ਦੋਵੇਂ ਇਸ ਗੱਲ ਤੇ ਬਜਿੱਦ ਸਨ ਕਿੰਨੇ ਹਥਿਆਰ ਲੈ ਕੇ ਹਮਲਾਵਰ ਫੌਜ ਦਾ ਮੁਕਾਬਲਾ ਕਰਾਂਗੇ ਸੰਤਾ ਨੇ ਜਦੋਂ ਉਹਨਾਂ ਦੀ ਇਹ ਗੱਲ ਨਾ ਮੰਨੀ ਅਖੀਰ ਬੀਬੀ ਉਪਕਾਰ कौर ਨੇ ਸ਼ਰਤ ਰੱਖੀ ਕਿ ਸਾਨੂੰ ਕੋਈ ਨਾ ਕੋਈ ਹਥਿਆਰ ਜ਼ਰੂਰ ਦਿੱਤਾ ਜਾਵੇ ਫਿਰ ਉਹਨਾਂ ਦੋਹਾਂ ਨੂੰ ਇੱਕ ਇੱਕ ਪਿਸਤਲ ਦੇ ਕੇ ਭਾਈ ਦਲੀਪ ਸਿੰਘ ਕਥਾਵਾਚਕ ਸਰਦਾਰ ਹਰਮਿੰਦਰ ਸਿੰਘ ਗਿੱਲ ਦੇ ਪਿਤਾ ਦੇ ਸਰਕਾਰੀ ਵਾਟਰ ਵਿਖੇ ਭੇਜ ਦਿੱਤਾ ਗਿਆ ਇੱਕ ਹੋਰ ਗੁਪਤ ਮਿਸ਼ਨ ਰਮਿੰਦਰ ਸਿੰਘ ਹਰਪਨ ਮੋਲਾ ਨੂੰ ਭੇਜ ਕੇ ਸਪੌਂਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਦਰਬਾਰ ਸਾਹਿਬ ਦੀ ਘੇਰਾਬੰਦੀ ਦੇ ਮੱਦੇਨਜ਼ਰ ਇੱਕ ਹੋਰ ਮਿਸ਼ਨ ਲਈ ਫੈਡੇਸ਼ਨ ਦੇ 15 ਵਰਕਰਾਂ ਦੀ ਟੀਮ ਤਿਆਰ ਕੀਤੀ। ਇਹਨਾਂ ਵਰਕਰਾਂ ਨੇ ਦੋ ਟੀਮਾਂ ਬਣਾ ਕੇ ਜੋ ਕੰਮ ਕਰਨਾ ਸੀ ਉਸ ਦੀ ਅਗਵਾਈ ਲਈ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਆਪਣੇ ਵਿਸ਼ਵਾਸਯੋਗ ਭਾਈ ਰਣਜੀਤ ਸਿੰਘ ਰਾਣਾ ਲੋਪੋਕੇ ਦੀ ਚੋਣ ਕੀਤੀ। ਇਹ ਸਭ ਕਾਸੇ ਤੋਂ ਬੇਖਬਰ ਭਾਈ ਰਣਜੀਤ ਸਿੰਘ ਰਾਣਾ ਉਸ ਸਮੇਂ ਮੋਰਚਾ ਬੰਦੀ ਵਿੱਚ ਰੁੱਝੇ ਜਨਰਲ ਸੁਬੇਕ ਸਿੰਘ ਦਾ ਹੱਥ ਵਟਾ ਰਿਆ ਸੀ ਲੰਗਰ ਹਾਲ ਦੀ ਛੱਤ ਤੇ ਮੋਰਚੇ ਬਣਾਉਣ ਸਮੇਂ ਭਾਈ ਰਾਣਾ ਨੇ ਜਨਰਲ ਸੁਬੇਕ ਸਿੰਘ ਨੂੰ ਕਿਹਾ ਜਨਰਲ ਸਾਹਿਬ ਇਸ ਮੋਰਚੇ ਦੀ ਜਿਹੜੀ ਬੈਕ ਆ ਇਹ ਵੇਖੋ ਭਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਪਿੱਛੇ ਜਿਹੜੀ ਬਿਲਡਿੰਗ ਹੈ ਹਮਲੇ ਦੇ ਸਮੇਂ ਉਥੇ ਫੌਜ ਦਾ ਸナイਪਰ ਬੈਠ ਜਾਵੇ ਤਾਂ ਉਥੋਂ ਉਹ ਇਸ ਮੋਰਚੇ ਨੂੰ ਸੌਖ ਨਾਲ ਹੀ ਹਿੱਟ ਕਰ ਸਕਦਾ ਹੈ ਇੱਕ ਸਿੱਖ ਵਿਦਿਆਰਥੀ ਆਗੂ ਦੇ ਮੂੰਹੋਂ ਇਹ ਜੰਗੀ ਪੈਂਤੜੇ ਵਾਲੀ ਗੱਲ ਸੁਣ ਕੇ ਜਰਨਲ ਸੁਬੇਕ ਸਿੰਘ ਨੇ ਹੈਰਾਨੀ ਨਾਲ ਭਾਈ ਰਾਣੇ ਵੱਲ ਵੇਖਿਆ ਭਾਈ ਰਾਣਾ ਕਹਿਣ ਲੱਗੇ ਜਰਨਲ ਸਾਹਿਬ ਮੈਂ ਵੀ ਮਿਲਟਰੀ ਸਾਇੰਸ ਪੜ੍ਹੀ ਹੋਈ ਹੈ ਜਰਨਲ ਸੁਬੇਕ ਸਿੰਘ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਉਕਤ ਮੋਰਚੇ ਦੀ ਡਾਇਰੈਕਸ਼ਨ ਥੋੜੀ ਬਦਲਵਾ ਦਿੱਤੀ ਇਸ ਪਿੱਛੋਂ ਮੋਰਚਾ ਬੰਦੀ ਵਿੱਚ ਉਹਨਾਂ ਨੇ ਰਾਣੇ ਨੂੰ ਆਪਣੇ ਨਾਲ ਰਹਿਣ ਲਈ ਕਿਹਾ ਇਸ ਦੇ ਨਾਲ ਹੀ ਜਰਨਲ ਸੁਬੇਕ ਸਿੰਘ ਕਹਿਣ ਲੱਗੇ ਟੈਂਕਾਂ ਨੂੰ ਨਿਸ਼ਾਨਣਾ ਬਣਾਉਣ ਲਈ ਮੈਨੂੰ ਰਾਖ ਪਲਾਂਚਰ ਚਲਾਉਣ ਵਾਲੇ ਦੋ ਬੰਦੇ ਚਾਹੀਦੇ ਆ ਇਹ ਗੱਲ ਸੁਣ ਕੇ ਭਾਈ ਰਣਜੀਤ ਸਿੰਘ ਰਾਣਾ ਸਮਝ ਗਿਆ ਕਿ ਜਨਰਲ ਸ਼ੁਭੇਕ ਸਿੰਘ ਇਸ ਪੱਖ ਤੋਂ ਪੂਰੀ ਤਰ੍ਹਾਂ ਸਪਸ਼ਟ ਹਨ ਤੇ ਫੌਜੀ ਹਮਲੇ ਸਮੇਂ ਫੌਜ ਦੇ ਟੈਂਕ ਵੀ ਅੰਦਰ ਆਉਣਗੇ ਕੁਝ ਪਲ ਸੋਚ ਕੇ ਭਾਈ ਰਣਜੀਤ ਸਿੰਘ ਰਾਣਾ ਨੇ ਕਿਹਾ ਸਾਡੇ ਪਿੰਡ ਦੇ ਦੋ ਸਿੰਘ ਆਰਮੀ ਚੋਂ ਸ਼ਾਰਟ ਸਰਵਿਸ ਕਰਕੇ ਆਏ ਆ ਉਹਨਾਂ ਚੋਂ ਇੱਕ ਮੇਰਾ ਰਿਸ਼ਤੇਦਾਰ ਵੀ ਹੈ ਉਹ ਦੋਵੇਂ ਹੀ ਮੇਰੇ ਦੋਸਤ ਨੇ ਅਤੇ ਦੋਵੇਂ ਹੀ ਫੌਜੀ ਦੀ ਉਹ ਖਾਨਾ ਜੂਨਟ ਦੇ ਵਿੱਚ ਸੀਗੇ। ਐ ਵੀ ਪੰਥਕ ਸੋਚ ਵਾਲੇ ਨੇ। ਜਰਨਲ ਸਵੇਕ ਸਿੰਘ ਕਹਿਣ ਲੱਗੇ ਠੀਕ ਹੈ। ਇਹ ਉਹ ਓਨਲੀ ਤਿਆਰ ਹੋ ਜਾਣਗੇ। ਅੱਛੇ ਠੀਕ ਲਿਆ। ਅਜੇ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਹੀ ਰਹੀਆਂ ਹਨ ਸਨ ਤੇ ਸਰਦਾਰ ਹਰਮਿੰਦਰ ਸਿੰਘ ਤਸੰਧੂ ਆ ਪਹੁੰਚੇ। ਉਹਨਾਂ ਨੇ ਭਾਈ ਰਣਜੀਤ ਸਿੰਘ ਰਾਣਾ ਨੂੰ ਇੱਕ ਪਾਸੇ ਕਰਕੇ ਆਖਿਆ ਇੱਕ ਖਾਸ ਮਿਸ਼ਨ ਲਈ 15 ਵਰਕਰ ਬਾਹਰ ਭੇਜਣੇ ਆ। ਉਹਨਾਂ ਦੀਆਂ ਦੋ ਟੀਮਾਂ ਚੋਂ ਇੱਕ ਦੀ ਕਮਾਂਡ ਤੂੰ ਕਰਨੀ ਇਹ ਸੁਣ ਕੇ ਭਾਈ ਰਣਜੀਤ ਸਿੰਘ ਰਾਣਾ ਗੁਜਦੀ ਸਰਦਾਰ ਹਰਮਿੰਦਰ ਸਿੰਘ ਸੰਧੂ ਨਾਲ ਬਚਪਨ ਤੋਂ ਹੀ ਇੱਕ ਵਿਸ਼ੇਸ਼ ਸਾਝ ਸੀ ਕਹਿਣ ਲੱਗਿਆ ਮੈਂ ਤਾਂ ਹੁਣ ਜਨਰਲ ਸਾਹਿਬ ਦੇ ਨਾਲ ਹੀ ਰਹਿਣਾ ਤੁਸੀਂ ਕਿਸੇ ਹੋਰ ਦੀ ਡਿਊਟੀ ਲਾ ਦਿਓ ਸਰਦਾਰ ਹਰਮਿੰਦਰ ਸਿੰਘ ਸੰਧੂ ਕਹਿਣ ਲੱਗੇ ਜੇ ਇਸ ਤਰ੍ਹਾਂ ਨਹੀਂ ਮੰਨਦਾ ਤਾਂ ਚੱਲ ਫਿਰ ਬਾਬਿਆਂ ਸੰਤ ਪਿੰਡਰਾਂ ਵਾਲਿਆਂ ਕੋਲ ਇਹ ਸੁਣ ਕੇ ਭਾਈ ਰਣਜੀਤ ਸਿੰਘ ਰਾਣਾ ਸਮਝ ਗਿਆ ਤੇ ਇਸ ਖਾਸ ਮਿਸ਼ਨ ਲਈ ਸੰਤ ਪਿੰਡਰਾਂ ਵਾਲਿਆਂ ਨਾਲ ਗੱਲ ਕਰਕੇ ਹੀ ਉਸ ਦੀ ਚੋਣ ਕੀਤੀ ਗਈ ਹੈ ਦੂਜੀ ਗੱਲ ਜਰਨਲ ਸੁਬੇਕ ਸਿੰਘ ਨਾਲ ਕੀਤੇ ਵਾਅਦੇ ਮੁਤਾਬਕ ਆਪਣੇ ਪਿੰਡ ਦੇ ਸਾਫਾ ਫੌਜੀਆ ਸਰਦਾਰ ਮੇਰ ਸਿੰਘ ਉਰਫ ਕੇਰ ਸਿੰਘ ਚਾਚਾ ਫੌਜੀ ਅਤੇ ਸਰਦਾਰ ਨਿਰਮਲ ਸਿੰਘ ਫੌਜੀ ਨੂੰ ਹੀ ਸੇਵਾ ਲਈ ਤਿਆਰ ਕਰਨਾ ਸੀ ਇਸ ਲਈ ਭਾਈ ਰਣਜੀਤ ਸਿੰਘ ਰਾਣਾ ਨੇ ਤੁਰੰਤ ਤਿਆਰੀ ਕਰ ਲਈ ਇਹ 3 ਜੂਨ 1984 ਦੇ ਦੁਪਹਿਰ ਵੇਲੇ ਦੀ ਗੱਲ ਹੈ ਤੇ ਫਿਰ 15 ਫਰਡੀਸ਼ਨ ਵਰਕਰਾਂ ਦੀਆਂ ਦੋ ਟੀਮਾਂ ਜਿਨ੍ਹਾਂ ਵਿੱਚ ਕੁਝ ਸੁਲਤਾਨਵਿੰਡ ਦੇ ਅਤੇ ਬਾਕੀ ਮਹਤੇਵਾਲ ਦੇ ਪਿੰਡਾਂ ਤੋਂ ਸਨ ਦੀਰਵਾਣਗੀ ਹੋਈ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਉਹਨਾਂ ਨੂੰ ਰਣਨੀਤੀ ਸਮਝਾਉਂਦਿਆਂ ਆਖਿਆ ਕਿ ਅੱਜ ਜਿਹੜੇ ਜਥੇ ਨੇ ਗ੍ਰਿਫਤਾਰੀ ਦੇਣੀ ਹੈ ਤੁਸੀਂ ਉਸ ਜਥੇ ਵਿੱਚ ਰਲ ਜਾਣਾ ਹੈ ਤੇ ਫਿਰ ਕੋਤਵਾਲੀ ਤੋਂ ਜਥੇ ਨਾਲੋਂ ਵੱਖਰੇ ਹੋ ਕੇ ਨਿਕਲ ਜਾਣਾ ਹੈ ਇਹ ਰਣਨੀਤੀ ਇਸ ਲਈ ਅਪਣਾਈ ਗਈ ਕਿਉਂਕਿ ਦਰਬਾਰ ਸਾਹਿਬ ਦਾ ਘੇਰਾ ਕੱਤੀ ਬੈਠੀਆਂ ਪੈਰਾ ਮਿਲਟਰੀ ਫੋਰਸਾਂ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਨਿਕਲਣ ਵਾਲੇ ਹਰ ਸਿੱਖ ਨੌਜਵਾਨ ਤੇ ਟਿੱਖੀ ਨਜ਼ਰ ਰੱਖਦੀਆਂ ਸਨ ਗ੍ਰਫਤਾਰੀ ਦੇਣ ਵਾਲੇ ਜਥੇ ਦੇ ਵਿੱਚ ਰਲ ਕੇ ਨਿਕਲਣਾ ਇਹਨਾਂ ਵਰਕਰਾਂ ਲਈ ਸੌਖਾ ਸੀ ਅਜਨਾਲੇ ਦਾ ਜਥਾ 3 ਜੂਨ 1984 ਨੂੰ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਚਾਚਾ ਜਥੇਦਾਰ ਮੋਹਨ ਸਿੰਘ ਮਟਿਆ ਨੇ ਧਰਮ ਯੁੱਧ ਮੋਰਚੇ ਲਈ ਅਜਨਾਲੇ ਹਲਕੇ ਤੋਂ ਜਥਾ ਰਵਾਨਾ ਕੀਤਾ ਸੀ ਇਹ ਜਥਾ ਸ੍ਰੀ ਅੰਮ੍ਰਿਤਸਰ ਪਹੁੰਚਿਆ ਤਾਂ ਜਥੇ ਨੂੰ ਰਸਤੇ ਵਿੱਚ ਪਹਿਲਾਂ ਕੋਤਵਾਲੀ ਤੇ ਫਿਰ ਜੱਲਿਆਂ ਵਾਲੇ ਬਾਗ ਕੋਲ ਰੋਕ ਲਿਆ ਗਿਆ ਇਹ ਪਤਾ ਲੱਗਣ ਤੇ ਜਥੇਦਾਰ ਮੋਹਨ ਸਿੰਘ ਮਟਿਆ ਪਿੰਡੋਂ ਆਏ ਪਤਿਉ ਉਹਨਾਂ ਨੇ ਪੁਲਿਸ ਨਾਲ ਟਕਰਾਰਬਾਜ਼ੀ ਤੋਂ ਬਾਅਦ ਜਥੇਨ ਸ੍ਰੀ ਅਕਾਲ ਤਖਤ ਤੱਕ ਪਹੁੰਚਾਇਆ ਅਤੇ ਪਿੰਡ ਵਾਪਸ ਪਹੁੰਚੇ 15 ਵਰਕਰਾਂ ਦੀ ਟੀਮ ਰਵਾਨਾ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਰਣਨੀਤੀ ਅਨੁਸਾਰ ਭਾਈ ਰਣਜੀਤ ਸਿੰਘ ਰਾਣਾ ਦੀ ਅਗਵਾਈ ਚ ਚੁਣੇ ਹੋਏ 15 ਫਰਡੇਸ਼ਨ ਵਰਕਰ ਗ੍ਰਿਫਤਾਰੀ ਦੇਣ ਲਈ ਜਥੇ ਵਿੱਚ ਰਲ ਕੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਨਿਕਲ ਗਏ ਭਾਈ ਰਾਣੇ ਨੂੰ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਦੋ ਵਿਸ਼ੇਸ਼ ਟਾਰਗੇਟ ਦਿੱਤੇ ਸਨ ਇਹਨਾਂ 15 ਵਰਕਰਾਂ ਦੀਆਂ ਦੋ ਟੀਮਾਂ ਬਣਾ ਕੇ ਉਹ ਟਾਰਗੇਟ ਪੂਰੇ ਕੀਤੇ ਜਾਣੇ ਸਨ ਇਸ ਲਈ ਹਥਿਆਰ ਕਿੱਥੋਂ ਚੁੱਕਣੇ ਹਨ ਇਹ ਵੀ ਉਸ ਨੂੰ ਸਮਝਾ ਦਿੱਤਾ ਗਿਆ ਫਾਲਸਾ ਕਾਲਜ ਤੋਂ ਇਹ ਸਾਰੇ ਨੌਜਵਾਨ ਅਗਲੇ ਦਿਨ ਇੱਥੇ ਹੀ ਇਕੱਠੇ ਹੋਣ ਦਾ ਵਾਅਦਾ ਕਰਕੇ ਨਿਕਲ ਗਏ ਭਾਈ ਰਣਜੀਤ ਸਿੰਘ ਰਾਣਾ ਆਪਣੇ ਪਿੰਡ ਲੋਪੋ ਕੇ ਪਹੁੰਚਿਆ ਲੋਪੋ ਕੇ ਵਿੱਚ ਪੁਲਿਸ ਦਾ ਥਾਣਾ ਸੀ ਥਾਣੇ ਦਾ ਇੰਚਾਰਜ ਸਿੱਖ ਸੋਜਵਾਲਾ ਸੀ ਅਤੇ ਉਸ ਦੀ ਭਾਈ ਰਣਜੀਤ ਸਿੰਘ ਰਾਣੇ ਨਾਲ ਵਿਸ਼ੇਸ਼ ਨੇੜਤਾ ਸੀ ਇਹ ਨੇੜਤਾ ਵੀ ਇਸ ਤਰ੍ਹਾਂ ਬਣੀ ਕਿ ਇੱਕ ਵਾਰ ਇਸ ਥਾਣੇਦਾਰ ਨੇ ਭਾਈ ਰਣਜੀਤ ਸਿੰਘ ਰਾਣਾ ਨੂੰ ਸੱਦ ਕੇ ਕਿਹਾ ਸੀ ਤੇ ਤੇਰੀ ਸੰਤ ਭਿੰਡਰਾਵਾਲਿਆਂ ਨਾਲ ਨੇੜਤਾ ਹੈ ਉਹਨਾਂ ਨੂੰ ਮੇਰੀ ਫਤਿਹ ਬੁਲਾਈਆਂ ਤੇ ਕਹੀਂ ਕਿ ਮੇਰੇ ਲਈਕ ਜੋ ਵੀ ਸੇਵਾ ਹੋਵੇ ਮੈਨੂੰ ਦੱਸੋ ਇਸ ਤਰ੍ਹਾਂ ਭਾਈ ਰਣਜੀਤ ਸਿੰਘ ਰਾਣਾ ਦੇ ਰਾਹੀ ਇਸ ਥਾਣੇਦਾਰ ਦੀ ਸੰਤਾ ਨਾਲ ਸਾਝ ਬਣੀ ਸੀ ਕੋਈ ਵੀ ਕੰਮ ਹੁੰਦਾ ਭਾਈ ਰਾਣਾ ਥਾਣੇਦਾਰ ਨੂੰ ਫੋਨ ਕਰ ਦਿੰਦਾ ਕੰਮ ਹੋ ਜਾਣ ਤੋਂ ਬਾਅਦ ਇਹ ਥਾਣੇਦਾਰ ਫੋਨ ਕਰਕੇ ਬੰਮ ਹੋ ਜਾਣ ਦੀ ਖੁਦ ਰਿਪੋਰਟ ਦਿੰਦਾ ਸੀ ਅੱਜ 3 ਜੂਨ 1984 ਨੂੰ ਜਦੋਂ ਭਾਈ ਰਣਜੀਤ ਸਿੰਘ ਰਾਣਾ ਆਪਣੇ ਪਿੰਡ ਆਇਆ ਤਾਂ ਕੁਦਰਤੀ ਥਾਣੇ ਅੱਗੋਂ ਦੀ ਲੰਘਿਆ ਪਤਾ ਲੱਗਣ ਤੇ ਥਾਣੇਦਾਰ ਨੇ ਸਿਪਾਈ ਭੇਜ ਕੇ ਰਾਣੇ ਨੂੰ ਸੱਦਿਆ ਤੇ ਕਹਿਣ ਲੱਗਾ ਤੂੰ ਪਿੰਡ ਆ ਗਿਆ ਪਰ ਘਰ ਨਾ ਰਹੀਂ ਇਥੋਂ ਤੱਕ ਕਿ ਪਿੰਡ ਦੇ ਵਿੱਚ ਵੀ ਨਾ ਸੋਵੇਂ ਅੱਜ ਅੱਧੀ ਰਾਤ ਨੂੰ ਸਾਰੇ ਪੰਜਾਬ ਤੇ ਆਰਮੀ ਦਾ ਕੰਟਰੋਲ ਹੋ ਜਾਣਾ ਬਾਣਿਆਂ ਉੱਤੇ ਵੀ ਫੌਜ ਦਾ ਕੰਟਰੋਲ ਹੋ ਜਾਣਾ ਮਰੇ ਇੱਕ ਪਿੰਡ ਤੇ ਕਸਬੇ ਵਿੱਚ ਉਹਨਾਂ ਨੇ ਮੁੰਡਿਆਂ ਦੀਆਂ ਵੇੜੀਆਂ ਲਿਸਟਾਂ ਤਿਆਰ ਕੀਤੀਆਂ ਉਹਨਾਂ ਨੂੰ ਰਾਤੋਂ ਰਾਤ ਫੜਿਆ ਜਾਣਾ ਲੋਪੋਕੀ ਦੀ ਲਿਸਟ ਵਿੱਚ ਪੇਰਾ ਨਾਂ ਸਭ ਤੋਂ ਪਹਿਲੇ ਨੰਬਰ ਤੇ ਹੈ ਇਸ ਲਈ ਤੂੰ ਘਰ ਬਿਲਕੁਲ ਨਾ ਸੋਵੀਂ ਪਿੰਡ ਵਿੱਚ ਨਾ ਰਹੀਂ ਕਿਤੇ ਹੋਰ ਚਲਾ ਜਾਵੀਂ ਭਾਈ ਰਣਜੀਤ ਸਿੰਘ ਰਾਣਾ ਸਾਰੇ ਹਾਲਾਤ ਸਮਝ ਗਿਆ ਉਸ ਨੇ ਘਰ ਜਾ ਕੇ ਆਪਣੇ ਭਰਾਵਾਂ ਨੂੰ ਵੀ ਰਾਤ ਘਰੇ ਨਾ ਸੌਣ ਦੀ ਹਦਾਇਤ ਕਰ ਦਿੱਤੀ ਇਸ ਪਿੱਛੋਂ ਉਸ ਨੇ ਘਰੋਂ ਸਾਈਕਲ ਲਿਆ ਤੇ ਆਪਣੇ ਪਿੰਡ ਤੋਂ ਥੋੜੀ ਦੂਰ ਪਿੰਡ ਚੇਲੇ ਕੇ ਵਿਖੇ ਆਪਣੇ ਦੋਸਤ ਗੁਰਵਿੰਦਰ ਸਿੰਘ ਦੇ ਘਰ ਚਲਾ ਗਿਆ। ਉਹੀ ਗੱਲ ਹੋਈ 4 ਜੂਨ ਨੂੰ ਸਵੇਰੇ 3 ਵਜੇ ਹੀ ਫੌਜ ਨੇ ਉਹਨਾਂ ਦੇ ਘਰ ਤੇ ਛਾਪਾ ਮਾਰਿਆ। ਫੌਜ ਨੇ ਪਿੰਡ ਦੇ ਗੁਰਦੁਆਰੇ ਵਿੱਚੋਂ ਅਨਾਉਂਸਮੈਂਟ ਕਰਵਾਈ ਕਿ ਕੋਈ ਵੀ ਬੰਦਾ ਘਰੋਂ ਬਾਹਰ ਨਾ ਨਿਕਲੇ। ਜਿੱਥੇ ਹੈ ਉੱਥੇ ਹੀ ਰਹੇ। ਫੌਜ ਵੱਲੋਂ ਸਰਚ ਕੀਤੀ ਜਾਣੀ ਹੈ। ਇਸ ਸਮੇਂ ਜੋ ਘਟਨਾਕਰਮ ਵਾਪਰਿਆ ਅਤੇ ਫੌਜ ਨੇ ਕਿਸ ਤਰੀਕੇ ਛਾਣਬਣ ਕੀਤੀ ਇਹ ਵੇਰਵਾ ਜਾਣਨ ਲਈ ਕਾਫੀ ਹੈ। ਜੂਨ 1984 ਵਿੱਚ ਭਾਰਤੀ ਹਕੂਮਤ ਨੇ ਸਿੱਧੀ ਦਰਬਾਰ ਸਾਹਿਬ ਸਮੇਤ ਇਤਿਹਾਸਕ ਗੁਰਦੁਆਰਿਆਂ ਨੂੰ ਹੀ ਨਿਸ਼ਾਨਾ ਨਹੀਂ ਬਣਾਇਆ ਬਲਕਿ ਪੰਜਾਬ ਦੇ ਪਿੰਡ-ਪਿੰਡ ਤੱਕ ਵਿੱਚੋਂ ਸਰਗਰਮ ਸਿੱਖ ਨੌਜਵਾਨਾਂ ਦੀਆਂ ਲਿਸਟਾਂ ਬਣਾ ਕੇ ਇੱਕ ਤਰ੍ਹਾਂ ਨਾਲ ਪੂਰੇ ਪੰਜਾਬ ਉੱਤੇ ਹੀ ਹਮਲਾ ਬੋਲਿਆ ਗਿਆ ਸੀ ਰਣਜੀਤ ਸਿੰਘ ਰਾਣਾ ਦੇ ਘਰ ਨਾ ਮਿਲਣ ਤੇ ਫੌਜੀ ਅਫਸਰ ਕਾਫੀ ਔਖੇ ਭਾਰੇ ਹੋਏ ਇਸ ਤੋਂ ਬਾਅਦ ਉਹਨਾਂ ਨੇ ਸਾਰੇ ਘਰ ਦੀ ਬਰੀਕੀ ਨਾਲ ਤਲਾਸ਼ੀ ਲਈ ਉਹਨਾਂ ਨੇ ਆਪਣੇ ਨਾਲ ਕੁਝ ਮਸ਼ੀਨਾਂ ਲਿਆਂਦੀਆਂ ਸਨ ਜਿਨ੍ਹਾਂ ਦੀ ਮਦਦ ਨਾਲ ਉਹ ਲੁਕਾ ਕੇ ਰੱਖੇ ਅਸਲੇ ਦੀ ਖੋਜ ਕਰਦੇ ਸਨ। ਊੜੀ ਵਾਲੇ ਕੋਠੇ ਵਿੱਚ ਕੁਝ ਛੱਕ ਪਿਆ ਤਾਂ ਸਾਰੀ ਊੜੀ ਬਾਹਰ ਕਢਵਾਈ ਗਈ। ਊੜੀ ਦੇ ਹੇਠਾਂ ਪੁਰਾਣਾ ਵੇਲਣਾ ਪਿਆ ਸੀ। ਇਸ ਕਾਰਨ ਮਸ਼ੀਨ ਸਿਗਰਾਂ ਨੂੰ ਦਿੰਦੀ ਸੀ। ਇਸ ਤੋਂ ਬਾਅਦ ਉਹਨਾਂ ਨੇ ਘਰ ਦੇ ਖਾਲੇ ਦਿਵਾਲੇ ਦੀ ਜ਼ਮੀਨ ਦੀ ਵੀ ਮਸ਼ੀਨਾ ਰਹੀਂ ਚੈਕਿੰਗ ਕੀਤੀ। ਉਸ ਤੋਂ ਬਾਅਦ ਵੀ ਕੁਝ ਨਾ ਮਿਲਿਆ ਤਾਂ ਉਹ ਭਾਈ ਰਾਣਾ ਦੇ ਪਿਤਾ ਨੂੰ ਕਹਿਣ ਲੱਗੇ ਸਾਨੂੰ ਪੱਕੀ ਖਬਰ ਹੈ ਕਿ ਰਾਣਾ ਕੱਲ ਪਿੰਡ ਆਇਆ ਹੈ ਉਹ ਕਿਤੇ ਨੇੜੇ ਤੇੜੇ ਹੀ ਲੁਕਿਆ ਹੋਵੇਗਾ ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਉਸ ਨੂੰ ਤੁਰੰਤ ਪੇਸ਼ ਕਰਵਾਓ ਭਾਈ ਰਣਜੀਤ ਸਿੰਘ ਰਾਣਾ ਦੇ ਪਿਤਾ ਨੇ ਸਪਸ਼ਟ ਜਵਾਬ ਦਿੱਤਾ ਕਿ ਸਾਨੂੰ ਨਹੀਂ ਪਤਾ ਕਿ ਰਣਜੀਤ ਸਿੰਘ ਰਾਣਾ ਕਿੱਥੇ ਹੈ ਇਸ ਪਿੱਛੋਂ ਫੌਜ ਵਾਲੇ ਭਾਈ ਰਣਜੀਤ ਸਿੰਘ ਦੇ ਪਿਤਾ ਸਰਦਾਰ ਅਨੋਖ ਸਿੰਘ ਪੰਚਾਇਤ ਮੈਂਬਰ ਭਾਈ ਰਾਣਾ ਦੀ ਧਰਮ ਪਤਨੀ ਬੀਬੀ ਕੁਲਵਿੰਦਰ ਕੌਰ ਅਤੇ 4.5 ਸਾਲ ਤੇ 3 ਸਾਲ ਦੇ ਦੋਹਾਂ ਬੱਚਿਆਂ ਨੂੰ ਗ੍ਰਫਤਾਰ ਕਰਕੇ ਲੈ ਗਏ ਇਸ ਤਰ੍ਹਾਂ ਦੀ ਛਾਪੇਮਾਰੀ ਪੰਜਾਬ ਦੇ ਪਿੰਡ-ਪਿੰਡ ਵਿੱਚ ਹੋਈ ਸੀ ਉਹਨਾਂ ਕੋਲ ਹਰੇਕ ਪਿੰਡ ਅਤੇ ਸ਼ਹਿਰ ਦੇ ਮੁਹੱਲਿਆਂ ਵਿੱਚਲੇ ਸਰਗਰਮ ਸਿੱਖ ਨੌਜਵਾਨਾਂ ਦੀਆਂ ਲਿਸਟਾਂ ਸਨ ਉਧਰੋਂ ਫੌਜ ਨੇ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤਾਂ ਗੋਲੀਆਂ ਅਤੇ ਗੋਲਿਆਂ ਦੀ ਕੰਨ ਪਾੜਮੀ ਆਵਾਜ਼ ਪਿੰਡ ਚੇਲੇਕੇ ਵਿੱਚ ਸੁੱਤੇ ਰਣਜੀਤ ਸਿੰਘ ਰਾਣਾ ਨੂੰ ਵੀ ਸੁਣ ਲੰਘ ਪਈ ਉਹ ਬੇਚੈਨ ਹੋ ਗਿਆ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਉਸ ਦੀਆਂ ਕੁਝ ਡਿਊਟੀਆਂ ਲਾਈਆਂ ਸਨ ਜਿਨ੍ਹਾਂ ਨੂੰ ਪੂਰਾ ਕਰਨ ਲਈ ਉਹ ਤਰ ਲੋ ਮੱਛੀ ਹੋ ਟਿਆ ਪਰ ਫੌਜ ਵੱਲੋਂ ਲਾਇਆ ਗਿਆ ਕਰਫਿਊ ਇੰਨਾ ਸਖਤ ਸੀ ਕਿ ਕਿਸੇ ਵੀ ਸੜਕ ਉੱਤੇ ਆਉਣਾ ਤੱਕ ਵੀ ਮੁਸ਼ਕਲ ਸੀ ਹਰੋਸ ਨਾਲ ਭਰੇ ਨੇ ਹੱਥੇ ਸਿੱਖਾਂ ਨੂੰ ਭਾਰਤੀ ਫੌਜ ਨੇ ਕਈ ਥਾਵਾਂ ਤੇ ਗੋਲੀਆਂ ਨਾਲ ਮਾਰਿਆ ਇਹ ਵਿਚਾਰ ਜੋਰ ਫੜ ਗਿਆ ਕਿ ਜੇਕਰ ਮਰਨਾ ਹੀ ਹੈ ਤਾਂ ਨਹੱਤੇ ਫੌਜੀ ਦੀ ਗੋਲੀ ਦਾ ਨਿਸ਼ਾਨਾ ਬਣਨ ਦੀ ਬਜਾਏ ਹਥਿਆਰਾਂ ਦਾ ਪ੍ਰਬੰਧ ਕਰਕੇ ਲੜ ਕੇ ਮਰਿਆ ਜਾਵੇ ਇਸ ਸਮੇਂ ਭਾਈ ਰਣਜੀਤ ਸਿੰਘ ਰਾਣਾ ਨੇ ਆਪਣੇ ਪਿੰਡ ਦੇ ਭਾਈ ਮੇਰ ਸਿੰਘ ਉਰਫ ਫਕੀਰ ਸਿੰਘ ਚਾਚਾ ਫੌਜੀ ਉਸ ਦੇ ਭਤੀਜੇ ਸਰਦਾਰ ਹਰਜਿੰਦਰ ਸਿੰਘ ਪਹਿਲਵਾਨ ਤੋਂ ਇਲਾਵਾ ਆਪਣੇ ਪਿੰਡ ਦੇ ਕਈ ਹੋਰ ਨੌਜਵਾਨਾਂ ਨਾਲ ਸੰਪਰਕ ਕਾਇਮ ਕੀਤਾ ਸਾਰੇ ਹੀ ਕੁਜ ਨਾ ਕੁਝ ਕਰਨ ਲਈ ਬੇਚੈਨ ਸਨ ਪਰ ਪੇਸ਼ ਨਹੀਂ ਸੀ ਜਾ ਰਹੀ ਪਰ ਫਿਓ ਕਾਰਨ ਸੜਕ ਤੇ ਚੜ੍ਹਨਾ ਵੀ ਮੁਸ਼ਕਲ ਸੀ ਨੇ ਹੱਥੇ ਔਜ ਦੀ ਗੋਲੀ ਦਾ ਨਿਸ਼ਾਨਾ ਬਣਨ ਦੀ ਬਜਾਏ ਸਾਰੇ ਨੌਜਵਾਨ ਜੂਝ ਕੇ ਮਰਨਾ ਚਾਹੁੰਦਾ ਸੀ ਪਛਮੀ ਪੰਜਾਬ ਦੇ ਸ਼ਾਇਰ ਫਾਜ਼ਲ ਐ हसन ਰੰਧਾਵਾ ਦੀ ਲੰਬੀ ਕਵਿਤਾ ਦੀਆਂ ਹੇਟ ਲਿਖੀਆਂ 17 ਇਸ ਹਾਲਾਤੇ ਹੀ ਚਾਨਣਾ ਪਾਉਂਦੀਆਂ ਹਨ ਮੀਰਾ ਸ਼ੇਰ ਬਹਾਦਰ ਸੂਰਮਾ ਜਰਨੈਲਾਂ ਦਾ ਜਰਨੈਲ ਉਹਨੇ ਮੌਤ ਵਿਆਹੀ ਹੱਸ ਕੇ ਉਹਦੇ ਦਿਲ ਤੇ ਰਕਾ ਨ ਮੈਲ ਪਰ ਕੋਈ ਨਾ ਉਹਨੂੰ ਬੋੜਿਆ ਉਹਨੂੰ ਮਾਰਿਆ ਗੈਰ ਦੀਆਂ ਘੇਰ ਹੁਣ ਡੱਕੇ ਰਹਿ ਗਏ ਘਰਾਂ ਵਿੱਚ ਮੇਰੇ ਨਾ ਪੁੱਤਰ ਸ਼ੇਰ ਪਰ ਇਹ ਜੋ ਘਰਾਂ ਵਿੱਚ ਡੱਕੇ ਰਹੇਗੇ ਸਨ ਮੌਕਾ ਮਿਲਦਿਆਂ ਹੀ ਇਹ ਸਿਰਾਂ ਤੇ ਖੱਪਣ ਬਣ ਕੇ ਘਰਾਂ ਵਿੱਚੋਂ ਨਿਕਲੇ ਅਤੇ ਇਹਨਾਂ ਨੇ ਭਾਰਤੀ ਪੁਲਿਸ ਫੋਰਸਾਂ ਨਾਲ ਗੁਰੀਲਾ ਲੜਾਈ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਭਾਈ ਰਣਜੀਤ ਸਿੰਘ ਰਾਣਾ ਦੇ ਪਿੰਡ ਦੇ ਜਿਹੜੇ ਨੌਜਵਾਨ ਉਸ ਸਮੇਂ ਭਾਈ ਰਾਣਾ ਦੇ ਸੰਪਰਕ ਵਿੱਚ ਸਨ ਉਹ ਸਾਰੇ ਹੀ ਬਾਅਦ ਵਿੱਚ ਜੁਝਾਰੂ ਲਹਿਰ ਵਿੱਚ ਹਿੱਸਾ ਲੈ ਕੇ ਦੂਜ ਦੇ ਹੋਏ ਸ਼ਹੀਦ ਹੋ ਗਏ ਇਨ੍ਹਾਂ ਵਿੱਚ ਸਰਦਾਰ ਮੇਰ ਸਿੰਘ ਉਰਫ ਕੇਰ ਸਿੰਘ ਚਾਚਾ ਫੌਜੀ ਅਤੇ ਹਰਜਿੰਦਰ ਸਿੰਘ ਪਹਿਲਵਾਨ ਤੋਂ ਇਲਾਵਾ ਭਾਈ ਜਗਜੀਤ ਸਿੰਘ ਇਹ 12 4 1988 ਨੂੰ ਗੋਪਾ ਰਾਏ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਹੋਇਆ ਭਾਈ ਦਿਲਰਾਜ ਸਿੰਘ ਪੁੱਤਰ ਬਾਸ ਸਿੰਘ ਇਹ ਬੱਬਰਾਂ ਵਿੱਚ ਰਲਿਆ ਅਤੇ 15 8 1988 ਨੂੰ ਭਿੰਡੀਆਂ ਦੇ ਕੋਲ ਸ਼ਹੀਦ ਹੋਇਆ ਭਾਈ ਲਖਬੀਰ ਸਿੰਘ ਲੱਖਾ ਪੁੱਤਰ ਸਰਦਾਰ ਮਹਿੰਦਰ ਸਿੰਘ ਇਹ ਖਾਲਸਤਾਨ ਨੈਸ਼ਨਲ ਆਰਮੀ ਵਿੱਚ ਭਰਤੀ ਹੋ ਕੇ ਦੂਜਾ ਸ਼ਹੀਦ ਹੋਇਆ ਭਾਈ ਹਰਪਾਲ ਸਿੰਘ ਬਿੱਟੂ ਪੁੱਤਰ ਸਰਦਾਰ ਜੁਗਿੰਦਰ ਸਿੰਘ ਅਤੇ ਭਾਈ ਤਰਸੇਮ ਸਿੰਘ ਪੁੱਤਰ ਜਗੀਰ ਸਿੰਘ ਇਹ ਦੋਵੇਂ ਰਾਣੀਆਂ ਬਾਰਡਰ ਤੇ ਸ਼ਹੀਦ ਹੋਏ ਇਸ ਮੌਕੇ ਸਾਰੇ ਹੀ ਨੌਜਵਾਨ ਕੁਝ ਵੀ ਕਰਨ ਲਈ ਤਿਆਰ ਸਨ ਪਰ ਹਥਿਆਰਾਂ ਦਾ ਪ੍ਰਬੰਧ ਨਹੀਂ ਸੀ ਹੋ ਰਿਹਾ ਇਸ ਸਮੇਂ ਭਾਵੇਂ ਕੁਝ ਨਾ ਹੋ ਸਕਿਆ ਪਰ ਰਾਣਾ ਦੇ ਸੰਪਰਕ ਵਿੱਚ ਲਈ ਆਪਣੇ ਪਿੰਡ ਦੇ ਸਾਰੇ ਨੌਜਵਾਨ ਬਾਅਦ ਵਿੱਚ ਗੁਜਾਰੂ ਲਹਿਰ ਵਿੱਚ ਸ਼ਾਮਲ ਹੋਏ ਅਤੇ ਸ਼ਹੀਦ ਹੋਏ ਭਾਈ ਮੇਰ ਸਿੰਘ ਉਰਫ ਕੇਰ ਸਿੰਘ ਚਾਚਾ ਫੌਜੀ ਅਤੇ ਹਰਜਿੰਦਰ ਸਿੰਘ ਪਹਿਲਵਾਨ ਬਾਬਾ ਗੁਰਪ੍ਰੀਤ ਸਿੰਘ ਮਾਨੋਚਾਲ ਦੇ ਗਰੁੱਪ ਗਰੁੱਪ ਵਿੱਚ ਸ਼ਾਮਲ ਹੋ ਕੇ ਕੌਮ ਦੀ ਸੇਵਾ ਕਰਦੇ ਰਹੇ ਇਹ ਦੋਵੇਂ ਰਟੌਲ ਦੇ ਪ੍ਰਸਿੱਧ ਮੁਕਾਬਲੇ ਵਿੱਚ ਜੂਝਦੇ ਹੋਏ ਸ਼ਹੀਦ ਹੋਏ ਜਿਸ ਮੁਕਾਬਲੇ ਵਿੱਚ ਬਾਰਡਰ ਰੇਂਜ ਦਾ ਡੀਆਈਜੀ ਅਜੀਤ ਸਿੰਘ ਮਾਰਿਆ ਗਿਆ ਸੀ ਕਿਹਾ ਜਾਂਦਾ ਕਿ ਉਹ ਡੀਆਈਜੀ ਕਿੰਨਾ ਫੌਜੀ ਸਿੰਘਾਂ ਨੇ ਹੀ ਦੂਰੋਂ ਟੈਲੀਸਕੋਪ ਗਨ ਨਾਲ ਨਿਸ਼ਾਨਾ ਲਾ ਕੇ ਫੁੰਡਿਆ ਸੀ ਪਰ ਜੂਨ 1984 ਦੇ ਉਹਨਾਂ ਦਿਨਾਂ ਵਿੱਚ ਹਥਿਆਰਾਂ ਦਾ ਪ੍ਰਬੰਧ ਕਰਨਾ ਮੁਸ਼ਕਲ ਸੀ ਅਤੇ ਦੂਜੇ ਨਾਲੋਂ ਸੰਪਰਕ ਬਿਲਕੁਲ ਟੁੱਟ ਗਿਆ ਸੀ ਸਰਹੱਦ ਪਾਰ ਕਰਨ ਦੇ ਯਤਨ ਭਾਰਤੀ ਫੌਜ ਦੇ ਹਮਲੇ ਦਾ ਮੂੰਹ ਮੋੜਨ ਲਈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਅਤੇ ਸਾਥੀ ਸਿੰਘਾਂ ਨੇ ਇੱਕ ਆਸਾਨੀ ਜੰਗ ਲੜੀ ਅਤੇ ਫੌਜ ਦੇ ਦੰਦ ਖੱਟੇ ਕੀਤੇ ਅਕਾਲ ਤਖਤ ਸਾਹਿਬ ਤੇ ਜੁੜੀਦੇ ਹੋਏ ਸੰਤ ਜਰਨੈਲ ਸਿੰਘ ਭਾਈ ਅਮਰੀਕ ਸਿੰਘ ਅਤੇ ਜਰਨਲ ਸੁਬੇਕ ਸਿੰਘ ਵੀ ਸ਼ਹੀਦ ਹੋ ਗਏ ਇਹ ਸਾਰੀ ਜੰਗ ਦਾ ਬਰੀਕੀ ਨਾਲ ਵੇਰਵਾ ਇਹਨਾਂ ਸਤਰਾਂ ਦੇ ਲੇਖਕ ਦੀ ਕਿਤਾਬ ਭੱਲੂ ਘਾਰਾ ਜੂਨ 1984 ਵਿੱਚ ਪੜ੍ਹਿਆ ਜਾ ਸਕਦਾ ਹੈ 6 ਜੂਨ ਤੱਕ ਭਾਈ ਰਣਜੀਤ ਸਿੰਘ ਰਾਣਾ ਦਾ ਕਿਸੇ ਤਰ੍ਹਾਂ ਆਪਣੇ ਸਾਥੀ ਵਰਕਰ ਪ੍ਰਗਟ ਸਿੰਘ ਵੈਰੂ ਕੇ ਨਾਲ ਸੰਪਰਕ ਹੋ ਗਿਆ ਇਸ ਸਮੇਂ ਪਿੰਡਾਂ ਵਿੱਚ ਇਹ ਅਫਵਾਹ ਫੈਲ ਗਈ ਕਿ ਸੰਤ ਜਨੈਲ ਸਿੰਘ ਖਾਲਸਾ ਪਿੰਡਣਾ ਵਾਲੇ ਆਪਣੇ ਕੁਝ ਸਾਥੀਆਂ ਸਮੇਤ ਫੌਜ ਦਾ ਘੇਰਾ ਤੋੜ ਕੇ ਨਿਕਲ ਗਏ ਹਨ ਅਤੇ ਪਾਕਿਸਤਾਨ ਚਲੇ ਗਏ ਹਨ ਇਹ ਗੱਲ ਸੁਣਨ ਤੇ ਭਾਈ ਰਣਜੀਤ ਸਿੰਘ ਰਾਣਾ ਅਤੇ ਪ੍ਰਗਟ ਸਿੰਘ ਵੈਰੂ ਕੇ ਨੇ ਸਲਾਹ ਕੀਤੀ ਕਿ ਸਾਨੂੰ ਵੀ ਪਾਕਿਸਤਾਨ ਜਾਣਾ ਚਾਹੀਦਾ ਹੈ ਤਾਂ ਕਿ ਸੰਤਾ ਨਾਲ ਮਿਲ ਕੇ ਸੰਘਰਸ਼ ਦੀ ਅਗਲੀ ਰੂਪਰੇਖਾ ਉਲੀਕੀ ਜਾਵੇ ਭਾਈ ਰਣਜੀਤ ਸਿੰਘ ਰਾਣਾ ਅਤੇ ਪ੍ਰਗਟ ਸਿੰਘ ਵੈਰੂ ਕੇ ਯੋਜਨਾ ਬਣਾ ਕੇ ਨੇੜਲੇ ਪਿੰਡ ਕੱਕੜ ਦੇ ਭਾਈ ਦਿਆਲ ਸਿੰਘ ਨੂੰ ਮਿਲੇ ਉਹਨਾਂ ਨੂੰ ਆਖਿਆ ਕਿ ਸਾਨੂੰ ਇੱਕ ਘੋੜੀ ਅਤੇ ਦੋ ਹਥਿਆਰਾਂ ਦਾ ਪ੍ਰਬੰਧ ਕਰ ਦਿਓ पूछे ਜਾਣ ਤੇ ਇਹਨਾਂ ਨੇ ਦੱਸ ਦਿੱਤਾ ਕਿ ਸੰਤਾਂ ਦੇ ਪਾਕਿਸਤਾਨ ਚਲੇ ਜਾਣ ਦੀ ਗੱਲ ਆ ਰਹੀ ਹੈ ਅਤੇ ਅਸੀਂ ਉਹਨਾਂ ਨੂੰ ਮਿਲਣ ਜਾਣਾ ਹੈ ਭਾਈ ਦਇਆ ਸਿੰਘ ਕੱਕੜ ਨੇ ਸ਼ਾਮ ਤੱਕ ਪ੍ਰਬੰਧ ਕਰ ਦੇਣ ਦੀ ਹਾਮੀ ਭਰੀ ਇਹ ਭਾਈ ਦਇਆ ਸਿੰਘ ਕੱਪੜ ਪ੍ਰਸਿੱਧ ਪੰਥਕ ਵਰਕਰ ਹਨ ਅਤੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਰਹੇ ਹਨ ਇਸ ਤੋਂ ਬਾਅਦ ਭਾਈ ਰਾਣਾ ਤੇ ਪ੍ਰਗਟ ਸਿੰਘ ਨੇ ਨੇੜਲੇ ਪਿੰਡ ਮੱਝ ਤੋਂ ਸਰਹੰਦ ਪਾਰ ਕਰਨ ਲਈ ਚੰਗੀ ਥਾਂ ਦੀ ਨਿਸ਼ਾਨਦੇਹੀ ਕਰਨ ਦਾ ਫੈਸਲਾ ਕੀਤਾ। ਤੁਰਦੇ ਹੋਏ ਪਿੰਡ ਮੰਜ ਪਿੰਡ ਦੀ ਤੁਸੀਂ ਦੇ ਨੇੜੇ ਪਹੁੰਚੇ ਤਾਂ ਇੱਕਦਮ ਆਵਾਜ਼ ਆਈ ਹਾਲਟ ਰੁਕੋ। ਅਤੇ ਇੱਕਦਮ ਹੀ ਕਈ ਫੌਜੀਆਂ ਨੇ ਉਹਨਾਂ ਨੂੰ ਪਾ ਕੇ ਘੇਰ ਲਿਆ। ਬੈਂਡਸ ਅਪ ਭਾਈ ਰਣਜੀਤ ਸਿੰਘ ਰਾਣਾ ਅਤੇ ਪ੍ਰਗਟ ਸਿੰਘ ਵੈਰੋਕੇ ਨੇ ਹੱਥ ਖੜੇ ਕਰ ਦਿੱਤੇ। ਇੱਧਰ ਸੇ ਆਏ ਹੋ ਕਹਾਂ ਜਾ ਰਹੇ ਹੋ? ਇਸ ਤਰ੍ਹਾਂ ਦੇ ਸਵਾਲਾਂ ਦੀ ਬੁਸ਼ਾੜ ਉਹਨਾਂ ਹਿੰਦੀ ਫੌਜੀਆਂ ਨੇ ਕੀਤੀ। ਜਿਨ੍ਹਾਂ ਨੇ ਇਹਨਾਂ ਦੋਹਾਂ ਵੱਲ ਹਥਿਆਰ ਤਾਣੇ ਹੋਏ ਸਨ ਇਸ ਤਰ੍ਹਾਂ ਦੇ ਸਵਾਲਾਂ ਦਾ ਟਰਮੀ ਨਾਲ ਜਵਾਬ ਦਿੰਦਿਆਂ ਭਾਈ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਅਸੀਂ ਨੇੜਲੇ ਪਿੰਡੋਂ ਕ੍ਰੈਕਟਰ ਲੈਣ ਜਾ ਰਹੇ ਹੌਜੀਆਂ ਦੇ ਇਸ ਸਵਾਲ ਦਾ ਜਵਾਬ ਦਿੰਦਿਆਂ ਭਾਈ ਰਾਣਾ ਨੇ ਕਿਹਾ ਜਵਾਰ ਬੀਜਣੀ ਹੈ ਫੌਜੀਆਂ ਦਾ ਸ਼ੱਕ ਕੁਝ ਘੱਟ ਹੋ ਗਿਆ ਇਹਨਾਂ ਦੋਹਾਂ ਨੂੰ ਲੱਗਿਆ ਕਿ ਫੌਜੀ ਅੱਗੇ ਲੰਘ ਜਾਣ ਦੇਣਗੇ ਪਰ ਐਨ ਮੌਕੇ ਤੇ ਪਿੱਛੋਂ ਇੱਕ ਸਿੱਖ ਫੌਜੀ ਅਫਸਰ ਆ ਗਿਆ ਉਸ ਨੇ ਦੂਰੋਂ ਹੀ ਕਿਹਾ ਠਹਿਰੋ ਨੇੜੇ ਆ ਕੇ ਉਸਨੇ ਹਿੰਦੀ ਫੌਜੀਆਂ ਨੂੰ ਵਾਪਸ ਨਾਕੇ ਤੇ ਜਾਣ ਲਈ ਆਖ ਦਿੱਤਾ ਉਹ ਚਲੇ ਗਏ ਤਾਂ ਉਹ ਸਿੱਖ ਫੌਜੀ ਅਫਸਰ ਭਾਈ ਰਾਣਾ ਅਤੇ ਪ੍ਰਗਟ ਸਿੰਘ ਵੱਲ ਹੋਇਆ ਕਹਿਣ ਲੱਗਾ ਜਵਾਨੋ ਮੈਨੂੰ ਪਤਾ ਤੁਸੀਂ ਨਾ ਟਰੈਕਟਰ ਲੈਣ ਜਾਣਾ ਤੇ ਨਾ ਲਾਗਲੇ ਪਿੰਡ ਉਧਰ ਨੂੰ ਤੁਸੀਂ ਜਾਣਾ ਮੈਨੂੰ ਪਤਾ ਮੈਂ ਵੀ ਸਿੱਖ ਹਾਂ ਸਾਡੀ ਕੌਮ ਨਾਲ ਜੋ ਹੋਇਆ ਉਹਦਾ ਮੈਨੂੰ ਵੀ ਦਰਦ ਹੈ ਪਰ ਇਸ ਤਰ੍ਹਾਂ ਮੌਤ ਦੇ ਮੂੰਹ ਵਿੱਚ ਨਾ ਜਾਓ ਸਾਡੇ ਕਈ-ਕਈ ਨਾਕੇ ਲੱਗੇ ਨੇ ਇੱਥੇ ਤਾਂ ਅਸੀਂ ਤੁਹਾਨੂੰ ਫਾਲਟ ਕਹਿ ਕੇ ਰੋਕ ਲਿਆ ਹੈ ਪਰ ਅਗਲੇ ਨਾਕੇ ਵਾਲਿਆਂ ਨੇ ਕੁਝ ਕਹਿਣਾ ਨਹੀਂ ਸਿੱਧੀ ਗੋਲੀ ਮਾਰਨੀ ਹੈ ਇਸ ਕਰਕੇ ਅਣਾਈ ਮੋਤੇ ਮਰੋਗੇ ਉਪਰ ਕਰਕੇ ਘਰੇ ਵਾਪਸ ਚਲੇ ਜਾਓ ਸਿੱਖ ਫੌਜੀ ਅਫਸਰ ਦਿਲੋਂ ਬੋਲ ਰਿਹਾ ਸੀ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਸੋ ਦੋਹਾਂ ਨੇ ਉਸ ਦੀ ਗੱਲ ਮੰਨ ਲਈ ਅਤੇ ਵਾਪਸ ਆ ਗਏ ਸਰਹੱਦ ਪਾਰ ਕਰਨ ਦਾ ਵਿਚਾਰ ਮੁਲਤਵੀ ਕਰ ਦਿੱਤਾ ਅਤੇ ਇਧਰ ਹੀ ਹਥਿਆਰਾਂ ਦਾ ਕੁਝ ਇੰਤਜ਼ਾਮ ਕਰਕੇ ਬੀਤੇ ਹੋਏ ਟਾਰਗੇਟ ਪੂਰੇ ਕਰਨ ਬਾਰੇ ਵਿਚਾਰ ਕਰਨ ਲੱਗੇ ਫੌਜ ਦਾ ਦਬਾਹਣ ਭਣ ਭਾਈ ਰਣਜੀਤ ਸਿੰਘ ਰਾਣਾ ਨੂੰ ਪਤਾ ਲੱਗਾ ਕਿ ਉਸ ਦੇ ਪਿਤਾ ਦੇ ਨਾਲ ਨਾਲ ਔਜਵਾਲੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਹਨ ਇਹ ਵੀ ਪਤਾ ਲੱਗਾ ਕਿ ਭਾਵੇਂ ਉਹਨਾਂ ਨੂੰ ਲੋਪੋਕੇ ਥਾਣੇ ਵਿੱਚ ਹੀ ਰੱਖਿਆ ਹੋਇਆ ਪਰ ਉੱਥੇ ਫੌਜ ਦਾ ਕੰਟਰੋਲ ਹੈ ਅਤੇ ਫੌਜ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਦ ਤੱਕ ਰਣਜੀਤ ਸਿੰਘ ਰਾਣਾ ਨੂੰ ਪੇਸ਼ ਨਹੀਂ ਕਰਦੇ ਕਿਸੇ ਨੂੰ ਵੀ ਛੱਡਿਆ ਨਹੀਂ ਜਾਵੇਗਾ ਇਹ ਪਤਾ ਲੱਗਣ ਤੇ ਪਰ ਿਰਨਜੀਤ ਸਿੰਘ ਰਾਣਾ ਨੇ ਆਪਣੇ ਹਮਦਰਦ ਥਾਣੇਦਾਰ ਨੂੰ ਸੁਨੇਹਾ ਭੇਜਿਆ ਤੁਸੀਂ ਮੇਰੇ ਤੇ ਐਫ ਆਈ ਆਰ ਦਰਜ ਕਰ ਦਿਓ ਮੈਂ ਪੇਸ਼ ਹੋ ਜਾਣਾ ਤੁਸੀਂ ਮੇਰੀ ਗ੍ਰਿਫਤਾਰੀ ਪਾ ਦਿਓ ਮੈਂ ਆਪਣੇ ਪਿੱਛੇ ਆਪਣੇ ਪਰਿਵਾਰ ਨੂੰ ਮੁਸੀਬਤ ਵਿੱਚ ਨਹੀਂ ਰਹਿਣ ਦੇਣਾ ਥਾਣੇਦਾਰ ਨੇ ਮੋੜਵਾ ਸੁਨੇਹਾ ਭੇਜਿਆ ਪੇਸ਼ ਹੋਣ ਦਾ ਖਿਆਲ ਹੀ ਮਨ ਵਿੱਚੋਂ ਕੱਢ ਦੇ ਇਹਨਾਂ ਨੇ ਤੈਨੂੰ ਪੁੱਛਣਾ ਨਹੀਂ ਸਭ ਕੁਝ ਫੌਜ ਦੇ ਕੰਟਰੋਲ ਵਿੱਚ ਹੈ ਤੇ ਮੇਰੇ ਹੱਥ ਵਾਸ ਕੁਝ ਨਹੀਂ ਇਸ ਕਰਕੇ ਪੇਸ਼ ਹੋਣਾ ਤਾਂ ਦੂਰ ਕਿਸੇ ਸੇਫ ਜਗ੍ਹਾ ਤੇ ਨਿਕਲ ਜਾ ਇਹ ਸੁਨੇਹਾ ਮਿਲਣ ਤੇ ਭਾਈ ਰਣਜੀਤ ਸਿੰਘ ਰਾਣਾ ਹਾਲਾਤ ਦੀ ਗੰਭੀਰਤਾ ਨੂੰ ਸਮਝ ਗਿਆ ਸੱਚਮੁੱਚ ਹੀ ਇਸ ਸਮੇਂ ਜਿਹੜੇ ਨੌਜਵਾਨ ਫੌਜ ਦੇ ਕਾਬੂ ਆ ਗਏ ਉਹ ਮਾਰ ਦਿੱਤੇ ਗਏ ਅਜੇ ਆਪਰੇਸ਼ਨ ਵਰਡਰੋ ਚੱਲਣਾ ਸੀ ਭਾਈ ਰਣਜੀਤ ਸਿੰਘ ਰਾਣਾ ਕਿਸੇ ਤਰੀਕੇ ਦਿੱਲੀ ਪਹੁੰਚਿਆ ਉੱਥੋਂ ਆਪਣੇ ਇੱਕ ਰਿਸ਼ਤੇਦਾਰ ਦੀ ਮਦਦ ਨਾਲ ਭਾਰਤ ਤੋਂ ਬਾਹਰ ਚਲਾ ਗਿਆ ਖੀਰਪਿੰਡ ਦੀ ਪੰਚਾਇਤ ਨੇ ਜੋਰ ਭਾ ਕੇ ਉਸ ਦੀ ਪਤਨੀ ਅਤੇ ਬੱਚਿਆਂ ਨੂੰ ਤਾਂ ਛੁਡਾ ਲਿਆ ਪਰ ਉਸ ਦੇ ਪਿਤਾ ਨੂੰ ਪੀਲੋਵਲ ਆਰਮੀ ਕੈਂਪ ਵਿੱਚ ਕਈ ਮਹੀਨੇ ਹਿਰਾਸਤ ਵਿੱਚ ਰੱਖਿਆ ਗਿਆ ਤੇ ਦਬਾਅ ਪਾਇਆ ਜਾਂਦਾ ਰਿਹਾ ਕਿ ਉਹ ਰਾਣੇ ਨੂੰ ਪੇਸ਼ ਕਰਵਾਵੇ ਭਾਈ ਰਾਣੇ ਦੇ ਪਿਤਾ ਨੂੰ ਛਡਵਾਉਣ ਲਈ ਜ਼ੋਰ ਲਾ ਰਹੇ ਕੁਝ ਫਤਵੰਤਿਆਂ ਨੇ ਕਿਹਾ ਰਣਜੀਤ ਸਿੰਘ ਰਾਣਾ ਵਿਦੇਸ਼ ਚਲਾ ਗਿਆ ਸਬੂਤ ਲਈ ਉਹਨਾਂ ਨੇ ਮਨੀਲਾ ਤੋਂ ਭਾਈ ਰਣਜੀਤ ਸਿੰਘ ਰਾਣਾ ਵੱਲੋਂ ਪਰਿਵਾਰ ਨੂੰ ਲਿਖੀ ਚਿੱਠੀ ਦਿਖਾਈ ਇਸ ਪਿੱਛੋਂ ਫੌਜੀ ਅਫਸਰਾਂ ਨੂੰ ਯਕੀਨ ਹੋ ਗਿਆ ਕਿ ਰਣਜੀਤ ਸਿੰਘ ਰਾਣਾ ਹੁਣ ਪੰਜਾਬ ਵਿੱਚ ਨਹੀਂ ਇਸ ਤੋਂ ਬਾਅਦ ਉਸ ਦੇ ਪਿਤਾ ਦੀ ਕਈ ਮਹੀਨਿਆਂ ਬਾਅਦ ਫੌਜ ਦੀ ਹਿਰਾਸਤ ਵਿੱਚੋਂ ਰਿਹਾਈ ਹੋਈ ਇਸ ਦੇ ਬਾਵਜੂਦ ਫੌਜ ਅਤੇ ਪੁਲਿਸ ਉਸ ਦੇ ਪਰਿਵਾਰ ਨੂੰ ਲਗਾਤਾਰ ਤੰਗ ਕਰਦੀ ਰਹੀ 2 ਸਾਲ ਤੱਕ ਉਹ ਆਪਣੀ ਜ਼ਮੀਨ ਬਣਾਵਾ ਸਕੇ ਦਾਦਰਹਿਕੇ ਭਾਈ ਰਣਜੀਤ ਸਿੰਘ ਰਾਣਾ ਨੇ ਵਿਦੇਸ਼ ਜਾ ਕੇ ਸੰਘਰਸ਼ ਨਾਲੋਂ ਨਾਤਾ ਨਹੀਂ ਤੋੜ ਲਿਆ ਅੰਤਰਰਾਸ਼ਟਰੀ ਮੰਚ ਤੇ ਸਿੱਖ ਕੌਮ ਦੇ ਹੱਕਾਂ ਹਿੱਤਾਂ ਦੀ ਗੱਲ ਬੁਲੰਦ ਕਰਨ ਲਈ ਸਰਦਾਰ ਹਰਮਿੰਦਰ ਸਿੰਘ ਸੰਧੂ ਦੇ ਦਿੱਤੇ ਹੋਏ ਵਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਜ ਲਗਾਤਾਰ ਜਾਰੀ ਰੱਖੇ ਸਤੰਬਰ 1984 ਵਿੱਚ ਇੰਟਰਨੈਸ਼ਨਲ ਸਿੱਖ ਜੂਥ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਗਈ ਜਿਸ ਵਿੱਚ ਸਿੱਖ ਨੌਜਵਾਨ ਬੜੇ ਉਤਸ਼ਾਹ ਨਾਲ ਭਰਤੀ ਹੋਏ ਅਤੇ ਛੇਤੀ ਹੀ ਇਸ ਦੇ ਵਰਕਰਾਂ ਦੀ ਗਿਣਤੀ 25000 ਤੋਂ ਟੱਪ ਗਈ ਕਈ ਦੇਸ਼ਾਂ ਵਿੱਚ ਇਸ ਦੇ ਜੂਨਟ ਸਥਾਪਿਤ ਹੋ ਗਏ ਇਸ ਤੋਂ ਇਲਾਵਾ ਸਿੱਖ ਹਿਮਨਨ ਰਾਈਟਸ ਗਰੁੱਪ ਬਣਾਇਆ ਗਿਆ ਜਿਸ ਨੇ ਸਿੱਖਾਂ ਦੇ ਮਨੁੱਖੀ ਹੱਕਾਂ ਲਈ ਉੱਗੇ ਕੰਮ ਕੀਤੇ ਇਹ ਦੱਸ ਦੇਣਾ ਵੀ ਜ਼ਰੂਰੀ ਹੈ ਕਿ ਲਵਾਲਸ ਲਾਸ਼ਾਂ ਦੀ ਖੋਜ ਕਰਨ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸਰਦਾਰ ਰਣਜੀਤ ਸਿੰਘ ਰਾਣਾ ਨੇ ਕੈਨੇਡਾ ਦੀ ਪਾਰਲੀਮੈਂਟ ਮੈਂਬਰ ਸ਼੍ਰੀਮਤੀ ਪੋਲੀਨ ਬੋਮਈਏ ਦੀ ਸਹਿਯਤਾ ਨਾਲ ਬਿਨਾਂ ਅਰਜੀ ਦਿੱਤੀਆਂ ਕੈਨੇਡਾ ਦਾ ਵੀਜ਼ਾ ਤੋੜ ਕੇ ਇੱਕ ਦਿਨ ਵਿੱਚ ਹੀ ਕੈਨੇਡਾ ਸੱਦਿਆ ਸੀ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਰਦਾਰ ਖਾਲੜਾ ਦੀ ਰਿਪੋਰਟ ਦਾ ਇਤਿਹਾਸ ਵੀ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਸੋਚ ਅਨੁਸਾਰ ਬਣਾਏ ਗਏ ਸੇਕਾ ਹਿਊਮਨ ਰਾਈਟਸ ਗਰੁੱਪ ਦੇ ਉਦਮਕਾਰਨ ਹੀ ਸੰਭਵ ਹੋ ਸਕਿਆ ਅੱਜ ਵੀ ਇਹ ਸੰਸਥਾ ਕਈ ਅਹਿਮ ਕਾਰਜ ਕਰ ਰਹੀ ਹੈ ਤਾਂ ਇਸ ਪਿੱਛੇ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਦੂਰਦਰਸ਼ੀ ਸੋਚ ਚਲੋਤੀ ਹੈ ਤੁਰੰਤ ਸਾਈ ਜੈਕੰਗ ਵੀ ਨਾ ਹੋ ਸਕੀ ਅਸੀਂ ਉੱਪਰ ਪੜ੍ਹ ਆਏ ਹਾਂ ਕਿ ਉਦੋਂ ਭਾਈ ਹਰਮਿੰਦਰ ਸਿੰਘ ਹਰਖੁਣ ਮੌਲਾ ਦੀ ਅਗਵਾਈ ਵਿੱਚ ਇੱਕ ਟੀਮ ਨੂੰ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਭਾਈ ਜੈਕੰਗ ਕਰਨ ਦਾ ਟਾਰਗੇਟ ਦਿੱਤਾ ਸੀ ਅਰ ਇਹ ਕੰਮ ਇਕਦਮ ਹੋਣ ਵਾਲਾ ਨਹੀਂ ਸੀ ਜਦੋਂ ਤੱਕ ਹਰਫੁਨ ਮੌਲਾ ਨੇ ਆਪਣੇ ਨਾਲ ਹੋਰ ਫਰਡੇਸ਼ਨ ਵਰਕਰ ਪਰ ਤਿਆਰ ਕਰਕੇ ਉਹਨਾਂ ਨੂੰ ਸਾਰੀ ਸਕੀਮ ਸਮਝਾਈ ਉਦੋਂ ਤੱਕ ਹਕੂਮਤ ਵੱਲੋਂ ਪੰਜਾਬ ਵਿੱਚ ਪਰਫਿਊ ਲਾ ਦਿੱਤਾ ਗਿਆ ਸ੍ਰੀ ਦਰਬਾਰ ਸਾਹਿਬ ਅੰਦਰਲੇ ਸਾਰੇ ਟੈਲੀਫੋਨ ਕੱਟ ਦਿੱਤੇ ਗਏ ਇਥੋਂ ਤੱਕ ਕਿ ਬਿਜਲੀ ਵੀ ਬੰਦ ਕਰ ਦਿੱਤੀ ਗਈ ਪੰਜਾਬ ਵਿੱਚ ਆਉਣ ਅਤੇ ਬਾਹਰ ਜਾਣ ਦੇ ਸਾਰੇ ਸਾਧਨ bussਾਂ ਟ੍ਰੇਨਾਂ ਅਤੇ ਹਵਾਈ ਜਹਾਜ਼ ਬੰਦ ਕਰ ਦਿੱਤੇ ਗਏ ਇਥੋਂ ਤੱਕ ਕਿ ਬਾਹਰਲੇ ਪੱਤਰਕਾਰਾਂ ਨੂੰ ਵੀ ਸ੍ਰੀ ਅਮਰਸਰ ਤੋਂ ਬਾਹਰ ਜਾਣ ਲਈ ਕਹਿ ਦਿੱਤਾ ਗਿਆ ਇਸ ਘਟਨਾਕ੍ਰਮ ਨਾਲ ਭਾਈ ਪਰਮਿੰਦਰ ਸਿੰਘ ਹਰਫਨ ਮੌਲਾ ਦਾ ਫਰਮਿੰਦਰ ਸਿੰਘ ਸੰਧੂ ਨਾਲੋਂ ਸੰਪਰਕ ਟੁੱਟ ਗਿਆ ਹੁਣ ਅਸੀਂ ਫਿਰ 1984 ਦੇ ਲੂ ਘਾਰੇਵਲ ਆਉਂਦੇ ਹਾਂ ਲੂ ਘਾਰਾ ਜੂਨ 1984 ਦਾ ਵੇਰਵਾ 4 ਜੂਨ 1984 ਦੇ ਤੜਕਸਾਰ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰ ਦਿੱਤਾ ਅੰਮ੍ਰਿਤ ਵੇਲੇ 4:40 ਵਜੇ ਇੱਕ ਗੋਲਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਗਿਆ। ਇਹ ਗੋਲਾ ਸਰੋਵਰ ਵਿੱਚ ਵੱਜਾ। ਦੋ ਗੋਲੇ ਹੋਰ ਚਲਾਏ ਗਏ ਇਸ ਦੇ ਨਾਲ ਹੀ ਮੀਂਹ ਵਾਂਗ ਗੋਲੀ ਵਰਨ ਲੱਗੀ। ਸ੍ਰੀ ਅਮਰਸਰ ਸ਼ਹਿਰ ਦੇ ਵਾਸੀਆਂ ਨੂੰ ਤਾਂ ਉਸ ਹਮਲੇ ਦਾ ਪਤਾ ਗੋਲੀਆਂ ਤੇ ਗੋਲਿਆਂ ਦੀ ਆਵਾਜ਼ ਰਹੀਂ ਲੱਗ ਰਿਹਾ ਸੀ ਪਰ ਪੰਜਾਬ ਦੇ ਬਾਕੀ ਸ਼ਹਿਰਾਂ ਵਿੱਚ ਕਰਫਿਊ ਕਾਰਨ ਘਰਾਂ ਵਿੱਚ ਤੜੇ ਲੋਕਾਂ ਨੂੰ ਇਹ ਪਤਾ ਤੱਕ ਨਹੀਂ ਸੀ ਕਿ ਅਮਰਸਰ ਵਿੱਚ ਕੀ ਹੋ ਰਿਹਾ ਹੈ। 4 ਜੂਨ 1984 ਨੂੰ ਜਦੋਂ ਭਾਰਤੀ ਫੌਜ ਨੇ ਚਾਰਚ ਫੇਰੀਆਂ ਗੋਲੀਆਂ ਅਤੇ ਗੋਲਿਆਂ ਦਾ ਮੀਂਹ ਵਰਾਉਂਦੇ ਹੋਏ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਉਸ ਸਮੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭਾਈ ਅਮਰੀਕ ਸਿੰਘ ਜੀ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਨਾਲ ਲੱਗਦੇ ਰਹਿਸ਼ੀ ਕਮਰੇ ਵਿੱਚ ਜਦ ਕਿ ਸਰਦਾਰ ਹਰਮਿੰਦਰ ਸਿੰਘ ਸੰਧੂ ਗੁਰੂ ਰਾਮਦਾਸਰਾ ਅਤੇ ਭਾਈ ਤੇਜਾ ਸਿੰਘ ਸਮੁੰਦਰੀ ਹਾਰ ਵਾਲੇ ਪਾਸੇ ਅਕਾਲ ਰੈਸਟ ਹਾਊਸ ਵਿੱਚ ਪਾਣੀ ਦੇ ਹਸ਼ਤੇ ਸਨ ਸੰਭਾਵੀ ਹਮਲੇ ਨੂੰ ਦੇਖਦੇ ਹੋਏ ਸਰਦਾਰ ਹਰਮਿੰਦਰ ਸਿੰਘ ਸੰਧੂ ਭਾਈ ਰਜਿੰਦਰ ਸਿੰਘ ਮਹਿਤਾ ਅਤੇ ਵੀਰਸਾ ਸਿੰਘ ਵਲਟੋਆ ਨੇ ਸੰਤਾਂ ਦੀ ਪ੍ਰਵਾਨਗੀ ਅਤੇ ਜਨਰਲ ਸੁਭੇਗ ਸਿੰਘ ਦੀ ਰਣਨੀਤਿਕ ਸਲਾਹ ਦੇ ਨਾਲ ਪਾਣੀ ਵਾਲੀ ਟੈਂਕੀ ਤੇ ਮੋਰਚਾ ਬਣਾ ਲਿਆ ਸੀ ਭਾਰਤੀ ਫੌਜ ਦੇ ਹਮਲੇ ਨੂੰ ਰੋਕਣ ਲਈ ਗੋਲੀ ਸਿੱਕਾ ਵਧੇਰੇ ਸ੍ਰੀ ਅਕਾਲ ਤਖਤ ਸਾਹਿਬ ਵਾਲੇ ਪਾਸੇ ਰੱਖਿਆ ਗਿਆ ਸੀ ਬਾਕੀ ਮੋਰਚਾਂ ਤੇ ਗੋਲੀ ਸਿੱਕਾ ਉਥੋਂ ਹੀ ਸਪਲਾਈ ਹੁੰਦਾ ਸੀ ਬੱਬਰ ਖਾਲਸਾ ਦੇ ਸਿੰਘ ਉਥੋਂ ਹੀ ਅਸਲਾ ਲੈ ਕੇ ਗਏ ਸਨ 4 ਜੂਨ ਸਾਰਾ ਦਿਨ ਫਤੇ ਸਾਰੀ ਰਾਤ ਗੋਲੀ ਚੱਲਦੀ ਰਹੀ ਆ ਸਾਰੇ ਹਾਲਾਤ ਵਿਚਾਰ ਕੇ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਇੰਟਰਕਾਮ ਤੇ ਸੰਤ ਪਿੰਡਰਾਂ ਵਾਲਿਆਂ ਨਾਲ ਗੱਲ ਕੀਤੀ ਉਸ ਸਮੇਂ ਫਰਡੀਸ਼ਨ ਵਰਕਰ ਕੁਲਬੀਰ ਸਿੰਘ ਹੁਣ ਪ੍ਰੋਫੈਸਰ ਸੰਧੂ ਦੇ ਨਾਲ ਸੀ ਉਹਨਾਂ ਨੇ ਕਿਹਾ ਕਿ ਲੜਾਈ ਦਾ ਮੁੱਖ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਹੈ ਇਸ ਲਈ ਸਾਨੂੰ ਵੀ ਇੱਥੇ ਆਉਣ ਦੀ ਆਗਿਆ ਦਿੱਤੀ ਜਾਵੇ ਪਰ ਜਵਾਬ ਵਿੱਚ ਸੰਤ ਪਿੰਡਰਾਂ ਵਾਲਿਆਂ ਨੇ ਉਹਨਾਂ ਨੂੰ ਉਥੇ ਹੀ ਰਹਿਣ ਦਾ ਹੁਕਮ ਦਿੱਤਾ 5 ਜੂਨ ਦੁਪਹਿਰ ਤੱਕ ਰੈਡੀਸ਼ਨ ਦੇ ਮੋਰਚਿਆਂ ਵਿੱਚ ਗੋਲੀ ਸੇਕਾ ਖਤਮ ਹੋਣ ਵਾਲਾ ਹੋ ਗਿਆ ਗੋਲੀ ਮੀਂਹ ਵਾਂਗ ਵਰ ਰਹੀ ਸੀ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਇੰਟਰਕਾਮ ਤੇ ਸੰਤ ਭਿੰਡਰਾਂ ਵਾਲਿਆਂ ਨਾਲ ਸੰਪਰਕ ਸਾਧਨ ਦਾ ਯਤਨ ਕੀਤਾ ਪਰ ਜਨਰੇਟਰ ਰੂਮ ਵਿੱਚ ਵੱਜੇ ਫੌਜੀ ਤੋਪਾਂ ਦੇ ਗੋਲਿਆਂ ਨਾਲ ਲੱਗੀ ਅੱਗ ਕਾਰਨ ਇੰਟਰਕਾਮ ਵੀ ਡੈਡ ਹੋ ਚੁੱਕਾ ਸੀ ਫੋਨ ਅਤੇ ਬਿਜਲੀ ਤਾਂ ਫੌਜ ਨੇ ਹਮਲੇ ਤੋਂ ਪਹਿਲਾਂ ਹੀ ਟੱਡ ਦਿੱਤੇ ਸਨ ਸਿਰਫ ਕੁਝ ਇੰਟਰਕਾਮ ਜਨਰੇਟਰ ਦੇ ਸਹਾਰੇ ਚੱਲ ਰਹੇ ਸਨ ਉਹ ਵੀ ਹੁਣ ਕਾਰਾ ਹੋਏ ਪਏ ਸਨ ਹੁਣ ਸਰਦਾਰ ਹਰਮਿੰਦਰ ਸਿੰਘ ਸੰਧੂ ਨੇ ਹੋਰ ਕੋਈ ਰਾਹ ਨਾ ਵੇਖ ਕੇ ਇੱਕ ਹੱਥ ਲਿਖਤ ਚਿੱਠੀ ਸੰਤ ਪਿੰਡਰਾਂ ਵਾਲਿਆਂ ਦੇ ਨਾਮ ਲਿਖ ਕੇ ਪਿੰਨ ਫਰੇਡੇਸ਼ਨ ਵਰਕਰਾਂ ਦੀ ਡਿਊਟੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਸੰਤਾਂ ਨੂੰ ਉਹ ਚਿੱਠੀ ਸੌਂਪਣ ਦੀ ਲਈ ਚਿੱਠੀ ਵਿੱਚ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਮੋਰਚਿਆਂ ਤੇ ਆਉਣ ਲਈ ਆਗਿਆ ਮੰਗੀ ਗਈ ਸੀ ਸਰਦਾਰ ਹਮਿੰਦਰ ਸਿੰਘ ਸੰਧੂ ਨੇ ਉਹਨਾਂ ਫੈਡਰੇਸ਼ਨ ਵਰਕਰਾਂ ਨੂੰ ਜ਼ੁਬਾਨੀ ਹਦਾਇਤ ਦਿੱਤੀ ਕਿ ਜੇਕਰ ਸੰਤ ਪਿੰਡਰਾਂ ਵਾਲਿਆਂ ਇਸ ਲਈ ਨਾ ਮੰਨਣ ਤਾਂ ਫਿਰ ਉਹਨਾਂ ਨੂੰ ਫੈਡਰੇਸ਼ਨ ਦੇ ਇਹਨਾਂ ਮੋਰਚਿਆਂ ਲਈ ਗੋਲੀ ਸਿੱਕਾ ਲਈ ਆਉਣਾ ਮੀਂਹ ਵਾਂਗ ਵਰਦੀ ਗੋਲੀ ਵਿੱਚ ਉਹ ਫੈਡਰੇਸ਼ਨ ਵਰਕਰ ਸਰਦਾਰ ਸੰਧੂ ਦੀ ਚਿੱਠੀ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਅਤੇ ਸੰਤ ਪਿੰਡਰਾਂ ਵਾਲਿਆਂ ਨੂੰ ਮਿਲੇ ਹੁਣ ਤੱਕ ਭਾਈ ਅਮਰੀਕ ਸਿੰਘ ਵੀ ਲੰਗਰ ਵਾਲੇ ਮੋਰ ਦੇ ਤਬਾਹ ਹੋ ਜਾਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਗਏ ਸਨ ਸੰਤਾ ਨੇ ਫਿਰ ਇਜਾਜ਼ਤ ਨਾ ਦਿੱਤੀ ਤੇ ਭਾਈ ਅਮਰੀਕ ਸਿੰਘ ਨੂੰ ਚਿੱਠੀ ਦਾ ਜਵਾਬ ਦੇਣ ਲਈ ਕਿਹਾ ਭਾਈ ਅਮਰੀਕ ਸਿੰਘ ਨੇ ਜਵਾਬੀ ਚਿੱਠੀ ਲਿਖ ਕੇ ਉਹਨਾਂ ਸਿੰਘਾਂ ਦੇ ਹਵਾਲੇ ਕੀਤੀ ਨਾਲ ਹੀ ਪਿੰਡ ਪਿੰਡਰਾ ਦਾ ਭਾਈ ਬਲਦੇਵ ਸਿੰਘ ਭੇਜਿਆ ਚਿੱਠੀ ਦੇ ਆਰੰਭ ਵਿੱਚ ਗੁਰਬਾਣੀ ਦੀ ਤੋਕ ਲਿਖੀ ਸੀ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਫਬਦ ਸਾਖੀ ਤੋਂ ਸੱਚ ਕਰ ਚਿੱਠੀ ਵਿੱਚ ਸੁਨੇਹਾ ਲਿਖਿਆ ਸੀ ਕਿ ਤੁਸੀਂ ਆਪਣੇ ਇਹਨਾਂ ਮੋਰਚਿਆਂ ਤੇ ਹੀਰੋ ਇਸ ਵਰਤਾਰੇ ਵਿੱਚ ਫਰਡੇਸ਼ਨ ਦੇ ਵਰਕਰ ਆਗਿਆ ਨਾ ਮਿਲਣ ਦੀ ਸੂਰਤ ਵਿੱਚ ਗੋਲੀ ਸਿੱਕਾ ਲੈ ਕੇ ਆਉਣ ਵਾਲੀ ਗੱਲ ਭੁੱਲ ਹੀ ਗਏ ਅਤੇ ਭਾਈ ਅਮਰੀਕ ਸਿੰਘ ਦੀ ਚਿੱਠੀ ਲੈ ਕੇ ਵਾਪਸ ਪਰਤ ਆਏ ਹੁਣ ਸਰਦਾਰ ਸੰਧੂ ਵੱਲੋਂ ਉਹਨਾਂ ਨੂੰ ਦੁਬਾਰਾ ਗੋਲੀ ਸਿੱਕਾ ਲਿਆਉਣ ਲਈ ਫਿਰ ਸ੍ਰੀ ਅਕਾਲ ਤਖਤ ਸਾਹਿਬ ਵੱਲ ਭੇਜਿਆ ਗਿਆ ਪਰ ਹੁਣ ਉਹ ਵਾਪਸ ਨਾ ਆ ਸਕੇ ਸਾਰੇ ਹਾਲਾਤ ਦੇਖ ਕੇ ਬੱਬਰ ਖਾਕਾ ਦੇ ਸਿੰਘ 5 ਜੂਨ ਨੂੰ ਹੀ ਗੁਰੂ ਨਾਨਕ ਨਿਵਾਸ ਵਾਲੇ ਪਾਸਿਓਂ ਕੰਧ ਪਾੜ ਕੇ ਨਿਕਲ ਗਏ ਸਨ ਤਾਂ ਕਿ ਸਿੱਧੀ ਲੜਾਈ ਦੀ بجائے ਗੁਰੀਲਾ ਲੜਾਈ ਲੜੀ ਜਾਵੇ ਭਾਈ ਵੀਰਸਾ ਸਿੰਘ ਵਲਟੋਵਾ ਅਨੁਸਾਰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਿੰਘਾਂ ਨੂੰ ਵੀ ਭਾਈ ਕੇਵਲ ਸਿੰਘ ਪੂਰਾ ਅਤੇ ਭਾਈ ਬਲਦੇਵ ਸਿੰਘ ਪੂਰਾ ਕੋਹਾਂ ਨੇ ਵਿਚਾਰ ਦਿੱਤਾ ਕਿ ਹੁਣ ਗੋਲੀ ਸਿਕਾ ਖਤਮ ਹੈ ਤੇ ਨਿਕਲ ਜਾਣਾ ਹੀ ਬਿਹਤਰ ਹੈ ਪਰ ਫੈਡਰੇਸ਼ਨ ਦੀ ਮੁੱਖ ਲੀਡਰਸ਼ਿਪ ਜਿਨ੍ਹਾਂ ਵਿੱਚ ਸਰਦਾਰ ਹਰਮਿੰਦਰ ਸਿੰਘ ਸੰਧੂ ਤੋਂ ਇਲਾਵਾ ਖਰਜਿੰਦਰ ਸਿੰਘ ਮਹਿਤਾ, ਅਮਰਜੀਤ ਸਿੰਘ ਚਾਵਲਾ, ਹਰਮਿੰਦਰ ਸਿੰਘ ਗਿੱਲ, ਭਾਈ ਮਨਜੀਤ ਸਿੰਘ, ਜੋਗਰਾਜ ਸਿੰਘ ਜੁਪੀ, ਮਨਜੀਤ ਸਿੰਘ ਭੋਮਾ, ਭੁਪਿੰਦਰ ਸਿੰਘ ਲੌਂਗੀਆਂ, ਅਮਰਜੀਤ ਸਿੰਘ ਰੰਧਾਵਾ ਚੰਡੀਗੜ੍ਹ, ਕੁਲਬੀਰ ਸਿੰਘ ਪ੍ਰੋਫੈਸਰ, ਕੁਲਬੀਰ ਸਿੰਘ ਤੇ ਬਲਬੀਰ ਸਿੰਘ ਭੀਰਾ ਤੈਰੋਂਵਾਲ ਤਰਨਤਾਰ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਮੁਖਤਿਆਰ ਸਿੰਘ ਪੂਰਾ ਕੋਨਾ ਆਦ ਸੰ ਨੇ ਅਜਿਹੇ ਹਾਲਾਤ ਵਿੱਚ ਵੀ ਨਿਕਲ ਜਾਣਾ ਠੀਕ ਨਾ ਸਮਝਿਆ। ਭਾਈ ਕੇਵਲ ਸਿੰਘ ਇਹ ਭਾਈ ਬਲਦੇਵ ਸਿੰਘ ਉਥੋਂ ਨਿਕਲ ਜਾਣ ਵਿੱਚ ਸਫਲ ਹੋ ਗਏ ਭਾਰਤੀ ਫੌਜ ਵੱਲੋਂ ਪਿੰਕਾਂ ਦੀ ਵਰਤੋਂ ਕੀਤੇ ਜਾਣ ਪਿੱਛੋਂ ਜਦੋਂ ਸਿੰਘਾਂ ਦੇ ਖਾਸ ਮੋਰਚੇ ਤਬਾਹ ਕਰ ਦਿੱਤੇ ਗਏ ਤਾਂ ਅੰਦਰ ਦਾਖਲ ਹੋਈ ਭਾਰਤੀ ਫੌਜ ਨੇ ਤੇਜਾ ਸਿੰਘ ਸਮੁੰਦਰੀ ਹਾਲ ਅਤੇ ਗੁਰੂ ਰਾਮਦਾਸ ਸਰਾਣ ਬਾਕੀ ਕੰਪਲੈਕਸ ਨਾਲੋਂ ਕੱਟ ਦਿੱਤਾ ਇਸ ਸਮੇਂ ਗੁਰੂ ਰਾਮਦਾਸ ਸਰਾਣ ਵਿੱਚ ਭਾਰਤੀ ਫੌਜ ਵੱਲੋਂ ਸ਼ਰਧਾਲੂਆਂ ਦੇ ਲਹੂ ਦੀ ਹੋਲੀ ਖੇਢੀ ਗਈ ਇਸ ਸਮੇਂ ਫੌਜ ਨੂੰ ਅਕਾਲੀ ਲੀਡਰਾਂ ਨੂੰ ਸੁਰੱਖਿਆਤ ਗ੍ਰਿਫਤਾਰ ਕਰਨ ਦਾ ਟਾਰਗੇਟ ਵੀ ਦਿੱਤਾ ਗਿਆ ਸੀ ਫੌਜ ਨੇ ਜਦੋਂ ਸੰਤ ਹਰਚੰਦ ਸਿੰਘ ਲੰਗੋਵਾਲ ਅਤੇ ਜਥੇਦਾਰ ਗੁਰਚੰਦ ਸਿੰਘ ਟੋੜਾ ਨੂੰ ਗ੍ਰਿਫਤਾਰ ਕੀਤਾ ਤਾਂ ਜਥੇਦਾਰ ਟੋੜਾ ਦੀ ਕਈ ਫੌਜੀ ਅਫਸਰਾਂ ਨਾਲ ਕਲਖ ਕਲਾਮੀ ਵੀ ਹੋਈ ਪਹਿਲਾਂ ਤਾਂ ਕਈ ਫੌਜੀਆਂ ਨੇ ਜਥੇਦਾਰ ਟੋੜਾ ਨਾਲ ਬਤਮੀਜ਼ੀ ਨਾਲ ਪੇਸ਼ ਆਉਣ ਦੀ ਕੋਸ਼ਿਸ਼ ਕੀਤੀ ਮੌਕੇ ਦੇ ਗਵਾਹਾਂ ਅਨੁਸਾਰ ਇੱਕ ਫੌਜੀ ਨੇ ਜਥੇਦਾਰ ਟੋੜਾ ਨੂੰ ਉੱਪਰੇ ਬੁੱਢੇ ਤੱਕ ਵੀ ਕਿਹਾ ਰਪੋਇ ਦੇ ਵੱਡੇ ਅਫਸਰਾਂ ਨੇ ਛੇਤੀ ਹੀ ਉਹਨਾਂ ਫੌਜੀਆਂ ਨੂੰ ਘੂਰ ਕੇ ਇਹ ਸਮਝਾ ਦਿੱਤਾ ਕਿ ਇਹ ਸਿੱਖ ਸੰਸਥਾ ਦੇ ਮੁਖੀ ਹਨ ਇਸ ਸਮੇਂ ਭਾਰਤੀ ਫੌਜ ਦੇ ਜਵਾਨਾਂ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਨਿহਥੇ ਸਿੱਖ ਯਾਤਰੀਆਂ ਦਾ ਕਹਿਰੀ ਕਤਲੇਆਮ ਕੀਤਾ ਡੀਐਸਪੀ ਅਪਾਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਸਿੱਖ ਪੁਲਿਸ ਮੁਲਾਜ਼ਮਾਂ ਨੇ ਇਹ ਸਮੇਂ ਬੰਨ ਕੇ ਬਿਠਾਏ ਗਏ ਸਿੱਖ ਸ਼ਰਧਾਲੂਆਂ ਨੂੰ ਬਚਾਉਣ ਅਤੇ ਉਹਨਾਂ ਨੂੰ ਪਾਣੀ ਪਿਲਾਉਣ ਦੀ ਸੇਵਾ ਹਰੀਆਂ ਹੋਈਆਂ ਅੱਖਾਂ ਨਾਲ ਸਿਰ ਤਲੀਆਂ ਤੇ ਧਰ ਕੇ ਨਿਭਾਈ ਕਿਉਂਕਿ ਭਾਰਤੀ ਫੌਜ ਦੇ ਜਵਾਨ ਸਿੱਖ ਪੁਲਿਸ ਵਾਲਿਆਂ ਨੂੰ ਵੀ ਮੰਦਾ ਬੋਲਦੇ ਸਨ ਇਸੇ ਹੀ ਸਮੇਂ ਸਰਦਾਰ ਅਪਾਰ ਸਿੰਘ ਬਾਜਵਾ ਨੂੰ ਫਰਡੇਸ਼ਨ ਦੇ ਮੁਖੀ ਲੀਡਰਾਂ ਦੇ ਗੁਰੂ ਰਾਮ ਦਾਸਰਾ ਦੇ ਵਿੱਚ ਹੋਣ ਦਾ ਪਤਾ ਲੱਗਿਆ ਭਾਈ ਮਨਜੀਤ ਸਿੰਘ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਹੈ ਕਿ ਡੀਐਸਪੀ ਅਪਾਰ ਸਿੰਘ ਬਾਜਵਾ ਨੇ ਆ ਕੇ ਸਰਦਾਰ ਹਰਮਿੰਦਰ ਸਿੰਘ ਸੰਧੂ ਨਾਲ ਗੱਲ ਕੀਤੀ ਸੀ ਸੰਤਾ ਅਤੇ ਭਾਈ ਅਮਰੀਕ ਸਿੰਘ ਦੀ ਸ਼ਹੀਦੀ ਬਾਰੇ ਵੀ ਉਸਨੇ ਦੱਸਿਆ ਅਤੇ ਫਿਰ ਸਰਦਾਰ ਬਾਜਵਾ ਨੇ ਇਸ ਸਮੇਂ ਇਨ੍ਹਾਂ ਫਰਡੇਸ਼ਨ ਲੀਡਰਾਂ ਨੂੰ ਬਚਾਉਣ ਲਈ ਜਾਨ ਹੂਲ ਕੇ ਉਦਮ ਕੀਤਾ ਉਹ ਪਹਿਲਾਂ ਫਰਡੇਸ਼ਨ ਲੀਡਰਾਂ ਨੂੰ ਮਿਲੇ ਰਣਨੀਤੀਆਂ ਲਿਖੀ ਅਤੇ ਫਿਰ ਜਥੇਦਾਰ ਗੁਰਚਰਨ ਸਿੰਘ ਟੋੜਾ ਨੂੰ ਵੀ ਮਿਲੇ ਇਸ ਤੋਂ ਬਾਅਦ ਜਥੇਦਾਰ ਗੁਰਚਰਨ ਸਿੰਘ ਟੋੜਾ ਨੇ ਸਿੱਖ ਸਟੂਡੈਂਟ ਫਰਡੇਸ਼ਨ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਸ਼ੋਮਣੀ ਕਮੇਟੀ ਦੇ ਮੁਲਾਜ਼ਮ ਦੱਸ ਕੇ ਬਚਾ ਲਿਆ ਅਤੇ ਆਪਣੇ ਨਾਲ ਰੱਖਿਆ ਕਿਉਂਕਿ ਭਾਰਤੀ ਫੌਜ ਸਿੱਖ ਨੌਜਵਾਨਾਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾ ਰਹੀ ਸੀ ਉਧਰੋਂ ਦੂਜੇ ਪਾਸਿਓਂ ਭਾਰਤੀ ਫੌਜ ਦੇ ਜਵਾਨ ਬਰਬਰ ਸਾਹਿਬ ਕੰਪਲੈਕਸ ਦੇ ਨੇੜੇ ਦੀਆਂ ਇਮਾਰਤਾਂ ਅਤੇ ਸ਼ੋਮਣੀ ਕਮੇਟੀ ਦੇ ਕੁਆਟਰਾਂ ਦੀ ਤਲਾਸ਼ੀ ਲੈਣ ਲੱਗ ਪਏ। ਇਸ ਦੌਰਾਨ ਉਹਨਾਂ ਨੇ ਆਪ ਹੀ ਗੋਟਮਾਰ ਅਤੇ ਕਤਲੋਗਾਰਤ ਵੀ ਕੀਤੀ। ਇਸੇ ਹੀ ਸਮੇਂ ਦੌਰਾਨ ਜਦੋਂ ਉਹ ਕੁਆਟਰ ਵਿੱਚ ਪਹੁੰਚੇ ਜਿੱਥੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਗਰਜ਼ ਵਿੰਗ ਦੀ ਪ੍ਰਧਾਨ ਬੀਬੀ ਉਪਕਾਰ कौर ਅਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਧਰਮ ਪਤਨੀ ਬੀਬੀ ਪਰਮਜੀਤ कौर ਸਨ ਇਹਨਾਂ ਦੋਹਾਂ ਬੀਬੀਆਂ ਨੇ ਕੋਈ ਦਾ ਸਵਾਗਤ ਆਪਣੇ ਪਿਸਤਲਾਂ ਰਾਹੀਂ ਗੋਲੀਆਂ ਚਲਾ ਕੇ ਕੀਤਾ ਇਸ ਤਰ੍ਹਾਂ ਦੋਹਾਂ ਪਾਸਿਆਂ ਤੋਂ ਗੋਲੀ ਚੱਲੀ ਅਤੇ ਇਹ ਦੋਵੇਂ ਹੀ ਬੀਬੀਆਂ ਉੱਥੇ ਸ਼ਹੀਦ ਹੋ ਗਈਆਂ 6 ਜੂਨ ਤੋਂ ਬਾਅਦ ਸਰਕਾਰ ਵੱਲੋਂ ਰੇਡ ਕਿਉਂ ਰਾਹੀਂ ਫੌਜ ਦੇ ਇਸ ਵਹਿਸ਼ੀ ਹਮਲੇ ਨੂੰ ਆਪਰੇਸ਼ਨ ਦਾ ਨਾਮ ਦੇ ਕੇ ਸੰਤ ਪਿੰਡਾਂ ਵਾਲਿਆਂ ਭਾਈ ਅਮਰੀਕ ਸਿੰਘ ਅਤੇ ਜਰਨਲ ਸੁਬੇਕ ਸਿੰਘ ਦੀਆਂ ਦੇਹਾਂ ਮੇਲ ਜਾਣ ਦਾ ਐਲਾਨ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਸਿੰਘਾਂ ਨੂੰ ਅੰਮ੍ਰਿਤਸਰ ਫੌਜੀ ਕੈਂਪ ਵਿੱਚ ਰਸਲਾ ਰੱਖਣ ਵਾਲੀਆਂ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ। ਇਨ੍ਹਾਂ ਕੋਠੜੀਆਂ ਵਿੱਚ ਦਰਵਾਜ਼ਿਆਂ ਤੋਂ ਇਲਾਵਾ ਹੋਰ ਕੋਈ ਰੋਸ਼ਨਦਾਨ ਨਹੀਂ ਸੀ। ਜੂਨ ਮਹੀਨੇ ਦੀ ਗਰਮੀ ਵਿੱਚ 10-10 ਲੋਕਾਂ ਨੂੰ ਰੱਖਣ ਦੀ ਸਮਰੱਥਾ ਵਾਲੀਆਂ ਇਨ੍ਹਾਂ ਕੋਠੜੀਆਂ ਵਿੱਚ ਕੀਤੀ ਸਿੰਘਾਂ ਨੂੰ ਬੰਦ ਕਰ ਦਿੱਤਾ ਗਿਆ। ਇਸ ਮਾਹੌਲ ਵਿੱਚ ਕਈ ਸਿੰਘ ਮਾਰੇ ਗਏ। ਉਸ ਸਮੇਂ ਇਥੇ ਬੰਦ ਰਹੇ ਕਈ ਸਿੰਘਾਂ ਦੀਆਂ ਗਵਾਹੀਆਂ ਤੋਂ ਇਸ ਕੈਂਪ ਦੇ ਹਾਲਾਤ ਸਮਝੇ ਜਾ ਸਕਦੇ ਹਨ। ਫਿਰ ਗੁਰਦੁਆਰਿਆਂ ਉੱਤੇ ਹਮਲਾ। ਇਸ ਸਮੇਂ ਕਰਫਿਊ ਅਤੇ ਹੋਰ ਪਾਬੰਦੀਆਂ ਨਾਲ ਪੂਰੀ ਦੁਨੀਆ ਤੋਂ ਕੱਟੇ ਹੋਏ ਪੰਜਾਬ ਅੰਦਰ ਹੋਰ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਉੱਤੇ ਔਜ ਵੱਲੋਂ ਹਮਲੇ ਕੀਤੇ ਗਏ। ਮੋਗੇ ਦੇ ਗੁਰਦੁਆਰੇ ਜਿੱਥੇ ਅਪ੍ਰੈਲ 1984 ਵਿੱਚ ਹਮਲਾ ਹੋਇਆ ਸੀ ਅਤੇ ਤਖਸਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸ੍ਰੀ ਦਰਬਾਰ ਸਾਹਿਬ ਮੁਕਤਸਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਪਾਸ਼ਾਹੀ ਦਸਵੀਂ ਝੰਡਾ ਕਲਾ ਮਾਨਸਾ ਗੁਰਦੁਆਰਾ ਸਿੰਘ ਸਭਾ ਮੰਡਵੀ ਸੰਗਰੂਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਸ਼ਾਹੀ ਨੌਵੀਂ ਤਮਤਾਨ ਸਾਹਿਬ ਜੀਂਦ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਗੁਰਦੁਆਰਾ ਠੰਡਾ ਬੁਰਜ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 19 ਡੀ ਚੰਡੀਗੜ੍ਹ ਗੁਰਦੁਆਰਾ ਗੜੀ ਸਾਹਿਬ ਚਮਕੌਰ ਸਾਹਿਬ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਗੁਰਦੁਆਰਾ ਪੱਠਾ ਸਾਹਿਬ ਪਾਸ਼ਾਹੀ 10ਵੀਂ ਕੋਟਲਾਨੀ ਹੰਦਖਾਂ ਰੋਪੜ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀ ਕਤੂ ਮੰਗਲ ਗੁਰਦੁਆਰਾ ਸਿਹਰਟਾ ਸਾਹਿਬ ਸ੍ਰੀ ਅਮਰਸਰ ਗੁਰਦੁਆਰਾ ਗੋਇੰਦਵਾਲ ਸਾਹਿਬ ਬੌਲੀ ਸਾਹਿਬ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਗੁਰਦੁਆਰਾ ਬੀਰ ਸਾਹਿਬ ਸੁਲਤਾਨਪੁਰ ਲੋਧੀ ਗੁਰਦੁਆਰਾ ਚਰਨ ਕਮਲ ਸਾਹਿਬ ਬੰਗਾ ਗੁਰਦੁਆਰਾ ਦਰਬਾਰ ਸਾਹਿਬ ਤਰਨਤਾਰਨ ਅਤੇ ਇਹਨਾਂ ਦੇ ਨਾਲ ਲੱਗਦੇ ਹੋਰ ਗੁਰਦੁਆਰੇ ਤੇ ਹਮਲੇ ਵੇਲੇ ਸੇਕਾ ਗੱਭਰੂਆਂ ਖਾਸ ਤੌਰ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਾਰਕੁਨਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਸੀ ਜਿਵੇਂ ਕਿ ਗੁਰਦੁਆਰਾ ਦੂਖਨਵਾਰ ਸਾਹਿਬ ਪਟਿਆਲਾ ਤੇ ਹਮਲੇ ਸਮੇਂ ਫੌਜ ਨੇ ਫੈਡਰੇਸ਼ਨ ਦੇ ਆਗੂਆਂ ਲਈ ਹਰਵਿੰਦਰ ਸਿੰਘ ਖਾਲਸਾ ਅਤੇ ਭਾਈ ਸੁਖਵੰਤ ਸਿੰਘ ਅੱਕਾਂਵਾਲੀ ਤੇ ਅਥਾਤ ਤਸ਼ੱਦਦ ਕੀਤਾ ਕਿਹਾ ਜਾਂਦਾ ਹੈ ਕਿ ਭਾਈ ਸੁਖਵੰਤ ਸਿੰਘ ਅੱਕਾਂਵਾਲੀ ਉਤੇ ਵਧੇਰੇ ਤਸ਼ੱਦਦ ਇਸ ਲਈ ਕੀਤਾ ਗਿਆ ਕਿਉਂਕਿ ਉਸ ਕੋਲੋਂ ਸਪੇਨ ਗਨ ਬਰਾਮਦ ਹੋ ਗਈ ਸੀ ਗੁਰਦੁਆਰਾ ਪੱਠਾ ਸਾਹਿਬ ਰੋਪੜ ਦੇ ਹਮਲੇ ਸਮੇਂ ਫੌਜੀ ਫਰਡੇਸ਼ਨ ਦੇ ਰੋਪੜ ਜੂੰਟ ਦੇ ਪ੍ਰਧਾਨ ਭਾਈ ਸਰਬਜੀਤ ਸਿੰਘ ਰੋਪੜ ਨੂੰ ਲੱਭ ਰਹੇ ਸਨ ਉਸ ਦੀ ਫੋਟੋ ਲੈ ਕੇ ਫੌਜੀ ਸੰਗਤ ਵਿਚਲੇ ਨੌਜਵਾਨਾਂ ਦੀ ਸ਼ਨਾਖਤ ਕਰਦੇ ਹੋਏ ਉਸ ਨੂੰ ਲੱਭਦੇ ਰਹੇ ਭਾਈ ਸਰਬਜੀਤ ਸਿੰਘ ਰੋਪੜ ਖਾਲੀ ਹੱਥ ਸੀ ਜਿਸ ਕਾਰਨ ਫੌਜ ਦੇ ਹੱਥ ਆਉਣੋਂ بچਣ ਲਈ ਉਹ ਗੁਰਦੁਆਰਾ ਸਾਹਿਬ ਅੰਦਰਲੇ ਖੂਤ ਦੇ ਰੁਖ ਤੇ ਚੜ ਕੇ ਲੁਕ ਗਿਆ ਪਰ ਅਖੀਰ ਫੌਜ ਉਸ ਨੂੰ ਲੱਭ ਕੇ ਗ੍ਰਿਫਤਾਰ ਕਰਨ ਵਿੱਚ ਸਫਲ ਹੋ ਗਿਆ ਗੁਰਦੁਆਰਾ ਸਿੰਘ ਸਭਾ ਮੋਗਾ ਤੋਂ ਅਡੇਸ਼ਨ ਦੇ ਦਫਤਰ ਵਿੱਚੋਂ ਕਈ ਫੈਡਰੇਸ਼ਨ ਵਰਕਰ ਗ੍ਰਿਫਤਾਰ ਕੀਤੇ ਗਏ ਉਸ ਸਮੇਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਵੀ ਅਡੇਸ਼ਨ ਦੇ ਦਫਤਰ ਵਿੱਚ ਹੀ ਸੀ ਜਿੱਥੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਇਤਿਹਾਬ ਰੋਸ਼ਨ ਦਿਮਾਗ ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ ਲੇਖਕ ਬਲਜੀਤ ਸਿੰਘ ਖਾਲਸਾ ਤੁਸੀਂ ਸੁਣ ਰਹੇ ਸੀ 15ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ